असी दुनिया के किसी भी हिस्से में चले जाइए, वो जिवें एक पंजाबी का गीत है कि जिथे जाण पंजाबी वक्री टौर बना लेंदे, नवा पंजाब वसा लेंदे। आस्ट्रेलिया दे विच एक नवा पंजाब वसाया। खेडां तां एक बहाना, असल दे विच तां पंजाबियां ने पंजाबियां नूं जफ्फी पाउणी आ। मेला मेलियां दा, यारां बेलियां दा, कुछ नबी फकीर ते माम जादे संघ छड के ने यारां बेलियां दा, रांझा भाइयां नूं छड फकीर बनिया, हीर छड गई साथ सहेलियां दा, एक दिन असां परदेसियां तुर जाणा कुंडा मार के ना हवेलियां दा। वाह वाह, पंजाब दे विचों लगभग 3 लाख मुंडा कुड़ी हर साल मजबूरी च ना चाहुंदे होया बाहर आउंदा सोहणे भविख दी भाल दे लई। जेकर उत्थे ही सच्ची मुच्ची रुजगार हुंदा 2 महीने पहला आउंदे। ਵੀ ਬਲਗੂਲ ਕੇ ਮੇਲਾ ਲੱਗਿਆ, ਇੱਥੇ ਸਭ ਕੁਛ ਤੁਸੀਂ ਕਰ ਸਕਦੇ ਹੋ, ਬਲਦ ਨਹੀਂ ਭਜਾ ਸਕਦੇ। ਇਹ ਮੈਂ ਬਲਦ ਪੰਜਾਬ ਤੋਂ ਲੈ ਕੇ ਆਇਆ ਤੁਹਾਡੇ ਲਈ, ਤਾਂ ਕਿ ਤੁਹਾਨੂੰ ਪੁਰਾਣੇ ਮੇਲੇ ਯਾਦ ਰਹਿਣ ਅਤੇ ਉਹ ਬਲਦਾਂ ਦੀ ਹਾਜ਼ਰੀ ਲੱਗੇ। ਜਦੋਂ ਬਲਦਾਂ ਨਾਲ ਕਿਸਾਨ ਦਾ ਰਿਸ਼ਤਾ ਸੀ, ਕਦੇ ਕਰਜ਼ਈ ਨਹੀਂ ਹੋਇਆ, ਕਦੇ ਸੂਸਾਈਡ ਨਹੀਂ ਕੀਤੀ। ਮਹਾਰਾਜ ਬਾਬੇ ਕਮਾਲ ਕੀਤੀ ਪਈ ਹੈ, ਬੱਚਣਾ ਸਾਹਿਬ ਤੁਹਾਡੀ ਕਿਰਪਾ ਜੀ, ਆਪਾਂ ਕੌਣ ਹੁੰਦੇ ਆ, ਕਿਵੇਂ ਬਈ ਇੱਥੇ ਡਿਜ਼ਾਈਨ ਜੂਨ ਇੱਥੇ ਬਣਦੇ ਆ? ਡਿਜ਼ਾਈਨ ਹਾਂਜੀ ਘਰੇ ਬਣਾਉਂਦੇ ਬਾਈ ਜੀ। ਅੱਛਾ, ਆਸਟ੍ਰੇਲੀਆ ਦ� 'ਚੋਂ ਪਾਣੀ ਦੀ ਸੇਵਾ ਜਿਹੜੀ ਉਹ 2 ਲੱਖ ਤੋਂ ਵੱਧ ਬੋਤਲਾਂ ਜਿਹੜੀ ਉਹ ਇੱਥੇ ਪਹੁੰਚਾਈ ਗਈ ਆ। ਕਿੰਨੀ ਦੇਰ ਤੋਂ ਦੇਖਦੇ ਹੋ ਚੱਜ ਦਾ ਵਿਚਾਰ? ਚੱਜ ਦਾ ਵਿਚਾਰ ਅਸੀਂ ਮੈਨੂੰ ਲੱਗਦਾ 3-4 ਸਾਲ ਹੋ ਗਏ। 3-4 ਸਾਲ ਜਦੋਂ ਤੋਂ ਆਪਣਾ ਰੇਡੀਓ ਚੱਲਦਾ ਹੁੰਦਾ ਸੀ ਨਾ, ਇਹ ਪਹਿਲਾਂ ਪਹਿਲਾਂ ਰੇਡੀਓ ਹੀ ਚੱਲਦਾ ਹੁੰਦਾ ਸੀ ਨਾ, ਫਿਰ ਚੈਨਲ ਬਾਅਦ ਚੱਲਣ ਸੀ ਜੀ, ਉਦੋਂ ਤੋਂ ਦੇਖ। ਵੀ ਕੋਈ ਵੀ ਮੌਕਾ ਮਿਲੇ ਪੰਜਾਬੀ ਪਹਿਰਾਵਾ ਪਾਈਏ, ਸਾਡੇ ਬੱਚੇ ਵੀ ਕੀਪ ਕੰਟੀਨਿਊ ਕਰਨ, ਸੋ ਪ੍ਰਾਊਡ ਫੀਲ ਹੁੰਦਾ ਜਦੋਂ ਅਸੀਂ ਕੱਪੜੇ ਪਾ ਕੇ ਆਪਣੇ ਪੰਜਾਬੀ ਸੂਟ ਪਾ ਕੇ ਜਾਈਦਾ। ਹਾਂਜੀ, ਇਹ ਚੱਜ ਦਾ ਵਿਚਾਰ ਜੀ, ਅਸੀਂ ਕਿਸ਼ਤ ਬਣਾ ਰਹੇ ਹਾਂ ਅਤੇ ਇਹ ਆਪ ਮੁਹਾਰੀ ਕਿਸ਼ਤ ਆ, ਇਹ ਸਾਡਾ ਸੋਚਿਆ ਸਮਝਿਆ ਕੁਛ ਨਹੀਂ ਗਾ। ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਅਸੀਂ ਇਸ ਵਕਤ ਆਸਟ੍ਰੇਲੀਆ ਦੇ ਸ਼ਹਿਰ ਵਲਗੂਲਗਾ ਦੇ ਵਿੱਚ ਖੜ੍ਹੇ ਹਾਂ, ਕੋਪਸਬਰਗ ਜਿਹਨੂੰ ਕਹਿੰਦੇ ਆ, ਉੱਥੇ ਅਸੀਂ ਖੜ੍ਹੇ ਹਾਂ। ਇਸ ਵਕਤ 3 ਰੋਜ਼ਾ ਖੇਡਾਂ ਦੀ ਅੱਜ ਸਮਾਪਤੀ ਹੋਈ ਹੈ, ਸਿੱਖ ਖੇਡਾਂ ਜਿਨ੍ਹਾਂ ਨੂੰ ਕਹਿੰਦੇ। ਇੱਥੇ 34ਵੀਆਂ ਸਿੱਖ ਖੇਡਾਂ ਜਿਹਦੇ ਲਈ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਪਿਆਰੇ ਆਏ। ਅਸੀਂ ਪ੍ਰਾਈਮ ਏਸ਼ੀਆ ਟੀ ਵੀ ਦੇ ਉੱਤੇ ਬਹੁਤ ਸਾਰੇ ਦ੍ਰਿਸ਼ ਦਿਖਾਏ ਕਿ ਕਿਸ ਤਰੀਕੇ ਦੇ ਨਾਲ ਪੰਜਾਬੀ ਪਿਆਰੇ ਕਿਵੇਂ ਸੱਜ ਧੱਜ ਕੇ ਅਤੇ ਬੜੇ ਚਾਅ ਨਾਲ, ਬੜੇ ਮਲਾਰ ਨਾਲ, ਠਾਠਾਂ ਮਾਰਦਾ ਉਤਸ਼ਾਹ ਜਿਹੜਾ ਉਹ ਕਿਸ ਕਦਰ ਇੱਥੇ ਹੈਗਾ ਪੰਜਾਬੀਆਂ ਦੇ ਅੰਦਰ, ਇੱਧਰਲਾ ਦ੍ਰਿਸ਼ ਪਤਾ ਲੱਗ ਜੂਗਾ। ਅਸੀਂ ਪੰਜਾਬ ਦੇ ਵਿੱਚ ਆ ਪਹਿਰਾਵੇ, ਇਸ ਰੂਪ ਨੂੰ ਅਕਸਰ ਦੇਖਦੇ ਹੁੰਦੇ ਸੀ, ਪਰ ਅੱਜ ਦੀ ਤਰੀਕ ਦੇ ਵਿੱਚ ਇਹ ਸਾਰਾ ਕੁਝ ਖੁੱਸ ਗਿਆ। ਕਿਉਂਕਿ ਚਲੋ ਕੋਈ ਗੱਲ ਨਹੀਂ, ਸਮੇਂ ਦੇ ਵਿੱਚ ਬਹੁਤ ਵੱਡੀ ਤਾਕਤ ਆ, ਸਮਾਂ ਬਹੁਤ ਵੱਡੀ ਤਬਦੀਲੀ ਲੈ ਕੇ ਆਉਂਦਾ। ਮਤਲਬ ਕਹਿਣ ਦਾ ਇਹ ਆ ਕਿ ਇਹ ਸਾਡੇ ਪੰਜਾਬੀ ਪਿਆਰਿਆਂ ਨੇ ਦ੍ਰਿਸ਼, ਇਹ ਪਹਿਰਾਵੇ, ਇਹ ਆਪਦੇ ਰੂਪ ਸੰਭਾਲ ਕੇ ਰੱਖੇ ਇੱਥੇ, ਅਤੇ ਬਹੁਤ ਸਾਰੇ ਪੰਜਾਬੀ ਪਿਆਰੇ ਜਿਹੜੇ ਇਸ ਵਕਤ ਪ੍ਰਾਈਮ ਏਸ਼ੀਆ ਨੂੰ ਮੁਹੱਬਤ ਕਰਨ ਵਾਲੇ ਜਿਹੜੇ ਉਹ ਇੱਥੇ ਖੜ੍ਹੇ ਹੋਏ ਆ, ਅਤੇ ਅਸੀਂ ਲਗਾਤਾਰ ਤੁਹਾਡੇ ਸਾਹਮਣੇ ਕਰਦੇ ਰਹੇ ਹਾਂ ਵੀ ਦ੍ਰਿਸ਼ ਕਿਵੇਂ ਆ। ਅਤੇ ਪਿਛਲੇ ਪਾਸੇ ਖੇਡਾਂ ਜਿਹੜੀਆਂ ਉਹ ਬਿਲਕੁਲ ਸਮਾਪਤੀ ਦੇ ਕਿਨਾਰੇ 'ਤੇ ਜਾ ਕੇ ਲਗਭਗ ਸਮਾਪਤ ਆ। ਬਹੁਤ ਵਧੀਆ ਇੱਥੇ ਕਬੱਡੀ ਦੇ ਮੁਕਾਬਲੇ ਹੋਏ ਆ, ਰੱਸਾਕਸ਼ੀ ਦੇ ਮੁਕਾਬਲੇ ਹੋਏ ਆ, ਹੋਰ ਬਹੁਤ ਸਾਰੀਆਂ ਖੇਡਾਂ ਦੇ ਫੁੱਟਬਾਲ ਦੇ ਮੁਕਾਬਲੇ ਹੋਏ ਆ, ਜਿਨ੍ਹਾਂ ਨੂੰ ਦੇਖ ਕੇ ਇੱਕ ਨਵਾਂ ਜੋਸ਼ ਭਰਦਾ ਸੀ। ਅਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਅਸੀਂ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਚਲੇ ਜਾਈਏ, ਉਹ ਜਿਵੇਂ ਇੱਕ ਪੰਜਾਬੀ ਦਾ ਗੀਤ ਆ ਕਿ ਜਿੱਥੇ ਜਾਣ ਪੰਜਾਬੀ ਵੱਖਰੀ ਟੌਰ ਬਣਾ ਲੈਂਦੇ, ਨਵਾਂ ਪੰਜਾਬ ਵਸਾ ਲੈਂਦੇ। ਆਸਟ੍ਰੇਲੀਆ ਦੇ ਵਿੱਚ ਇੱਕ ਨਵਾਂ ਪੰਜਾਬ ਵਸਾਇਆ। ਕੱਲ੍ਹ ਅਸੀਂ ਇੱਕ ਪੰਜਾਬੀ ਪਿਆਰੇ ਨੂੰ ਮਿਲੇ, ਅਸੀਂ ਆਖਿਆ ਜੀ ਵਲਗੂਲਗਾ ਖੇਤਰ ਕਦੇ ਮੀਂਹ ਪੈਣ ਲੱਗ ਜਾਂਦਾ, ਕਦੇ ਫਿਰ ਧੁੱਪ ਨਿਕਲ ਆਉਂਦੀ ਹੈ, ਕਦੇ ਫਿਰ ਮੀਂਹ ਪੈਂਦਾ, ਕਦੇ ਬੱਦਲਵਾਈ, ਇਸ ਥਾਂ ਦੇ ਉੱਤੇ ਹੀ ਇਹ ਖੇਡਾਂ ਕਿਉਂ ਰੱਖੀਆਂ? ਕਿਉਂਕਿ ਜੇ ਸਿਡਨੀ ਤੋਂ ਆਉਂਦੇ ਆ ਬਾਈ ਰੋਡ ਤਾਂ ਘੱਟੋ ਘੱਟ 6-7.5 ਘੰਟੇ ਲੱਗ ਜਾਂਦੇ ਆ, ਮੈਲਬਰਨ ਤੋਂ ਆਉਂਦੇ ਆ ਤਾਂ ਸੜਕੀ ਰਸਤੇ ਰਾਹੀਂ ਬੜਾ ਸਮਾਂ ਲੱਗ ਜਾਂਦਾ, ਬ੍ਰਿਸਬੇਨ ਤੋਂ ਆਉਂਦੇ ਬਹੁਤ ਦੂਰ ਦਾ ਇਹ ਸਫ਼ਰ ਹੈਗਾ। ਉਹ ਕਹਿੰਦੇ ਬਾਈ ਜੀ ਗੱਲ ਇਹ ਆ ਵੀ ਖੇਡਾਂ ਤਾਂ ਇੱਕ ਬਹਾਨਾ, ਅਸਲ ਦੇ ਵਿੱਚ ਤਾਂ ਪੰਜਾਬੀਆਂ ਨੇ ਪੰਜਾਬੀਆਂ ਨੂੰ ਜੱਫੀ ਪਾਉਣੀ ਆ, ਇਹ ਗਲਵੱਕੜੀ ਦੀ ਸਾਂਝ ਵਾਸਤੇ ਸਾਰੇ ਪ੍ਰੋਗਰਾਮ ਹੈਗੇ ਆ। ਹੋਰ ਬਾਈ ਜੀ ਚੜ੍ਹਦੀ ਕਲਾ ਦੇ ਵਿੱਚੋਂ
ਜਿੰਦਾਬਾਦ ਹੋ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਸਪੈਸ਼ਲ ਦੇਖੀਦਾ ਜੀ ਬਹੁਤ ਧੰਨਵਾਦ ਪ੍ਰਾਈਮ ਏਸ਼ੀਆ ਦੀ ਸਾਰੀ ਟੀਮ ਦਾ ਦਿਲੋਂ ਧੰਨਵਾਦ ਜੀ ਪਿਛੋਕੜ ਕਿਹੜੀ ਥਾਂ ਤੋਂ ਕਿਹੜੇ ਪਿੰਡ ਤੋਂ ਕਦੋਂ ਤੋਂ ਆਏ ਹੋ ਮੇਰਾ ਪਿੰਡ ਹੈਗਾ ਜੀ ਪਾੜਨੋ ਤਹਿਸੀਲ ਫਲੋਰ ਜ਼ਿਲ੍ਹਾ ਜਲੰਧਰ ਮੈਨੂੰ 10 to 12 ਸਾਲ ਹੋ ਗਿਆ ਜੀ ਇੱਥੇ ਆਸਟ੍ਰੇਲੀਆ ਵਿੱਚ ਇਹ ਪੂਰਾ ਉੱਤੇ ਲਿਖਿਆ ਠੰਡੀ ਵੈਲੀ ਇਹ ਸ਼ੌਂਕ ਨਾਲ ਬਣਾ ਕੇ ਇੰਡੀਆ ਤੋਂ ਲਿਆਉਂਦਾ ਜੀ ਇੰਪੋਰਟ ਕਰਾ ਕੇ ਵਾਹ ਵਾਹ ਇਹ ਆਪਣੇ ਸ਼ੌਂਕ ਨਾਲ ਕਰਾਈਆਂ ਮੁਛਾ ਕੁੰਡੀਆਂ ਤੇ ਲੋਕ ਵੈਲੀ ਕਹਿਣ ਲੱਗ ਪਏ ਹੈ ਤੇ ਇਹ ਫਿਰ ਜਦੋਂ ਕੋਈ ਇਹੋ ਜਿਹਾ ਸੱਭਿਆਚਾਰਕ ਜਾਂ ਕੋਈ ਪੰਜਾਬੀਆਂ ਦਾ ਇਕੱਠ ਨੁਮਾ ਪ੍ਰੋਗਰਾਮ ਹੁੰਦਾ ਫਿਰ ਤੁਸੀਂ ਇਹ ਸ਼ੌਕੀਆ ਤੌਰ ਦੇ ਉੱਤੇ ਤਾਂ ਸੱਚ ਧੱਜ ਕੇ ਆਉਂਦੇ ਹੋ ਹਾਂਜੀ ਐਕਚੁਅਲੀ ਮੈਨੂੰ ਸ਼ੁਰੂ ਤੋਂ ਹੀ ਆਪਣਾ ਪੰਜਾਬੀ ਕਲਚਰ ਦਾ ਸ਼ੌਕ ਆ ਹਰ ਇੱਕ ਸਿੰਨੀ 'ਚ ਮੇਲਾ ਹੁੰਦਾ ਕਿਤੇ ਵੀ ਗ੍ਰਿਫਤ ਜਾਂ ਮੈਲਵਨ ਮੇਰੇ ਕੋਲ ਘੱਟੋ ਘੱਟ ਨਹੀਂ 10-20 ਸੈੱਟ ਕੁੜਤੇ ਚਾਦਰਿਆਂ ਦੇ ਜੀ ਤੇ 5-7 ਖੁੰਡਿਆਂ ਦੇ ਸੈੱਟ ਆ ਤੇ ਜਹਾਜ਼ ਹਰ ਇੱਕ ਮੇਲੇ ਦੇ ਆਪਾਂ ਕਿਵੇਂ ਲਿਆਂਦੀ ਫਿਰ ਇਹ ਜੀ ਸਪੈਸ਼ਲ ਆਪਾਂ ਇੱਕ ਬੈਗ ਬਣਾਇਆ ਸੀ ਤੇ ਇਹ ਨਿਕਲ ਜਾਂਦੀ ਹੈ ਵਿੱਚੋਂ ਪਿੰਨ ਪਾ ਕੇ ਇਹ ਝਕਾਨੀ ਦੇ ਕੇ ਲਿਆਉਂਦੀ ਹੈ ਜਿੱਦਾਂ ਆਪਣੇ ਸਿੰਗਰ ਸਟਾਰ ਗਿਟਾਰ ਪਾ ਕੇ ਲਿਆਉਂਦੇ ਹੁੰਦੇ ਆ ਫਿਰ ਤਾਂ ਗਿਟਾਰ ਵਾਂਗੂ ਲੈ ਕੇ ਆਉਂਦੀ ਸੀ ਅੱਛਾ ਵੈਸੇ ਉੱਦਾਂ ਪੁੱਛਦੇ ਜੇ ਕਹਿੰਦੇ ਵੀ ਕੋਕੇ ਕਿੱਥੋਂ ਚੜਾਇਆ ਉਹਨਾਂ ਨੂੰ ਦੱਸਿਆ ਵੀ ਆਪਣਾ ਟ੍ਰੈਡੀਸ਼ਨਲ ਕੋਕੇ ਜੜਦੇ ਹੀ ਰਹਿੰਦੇ ਆ ਹਾਂਜੀ ਜੜਦੇ ਤੁਹਾਨੂੰ ਪਤਾ ਹੀ ਆ ਜੀ ਹੋਰ ਟੈਨ ਸਾਹਿਬ ਬਹੁਤ ਵਧੀਆ ਧੰਨਵਾਦ ਤੁਹਾਡਾ ਕੈਨੇਡਾ ਤੋਂ ਸਪੈਸ਼ਲ ਪਹੁੰਚੇ ਜੀ ਬਹੁਤ ਮਿਹਰਬਾਨੀ ਮਿਹਰਬਾਨੀ ਹੋਰ ਬਾਈ ਜੀ ਠੀਕ ਠਾਕ ਹੋ ਚੜ੍ਹਦੀ ਕਲਾ ਚੋਂ ਇੱਥੇ ਫਿਰ ਵਿਦਿਆਰਥੀ ਆਏ ਹੋ ਮਾਹੌਲ ਕਿਹੋ ਜਿਹਾ ਮਿਲਿਆ ਚੁਣੌਤੀ ਇੱਕ ਵਿਦਿਆਰਥੀ ਹੋਣ ਦੇ ਨਾਤੇ ਕਿਹੋ ਜਿਹੀ ਮਿਲੀ ਆ ਬਹੁਤ ਵਧੀਆ ਜੀ ਆਪਣੇ ਮਿਹਨਤ ਕਰੀ ਦੀ ਆਪਣਾ ਖਾਈ ਦਾ ਆਪਣੇ ਆਪ ਨੂੰ ਸਾਰੀਆਂ ਚੀਜ਼ਾਂ ਆਪਣੇ ਆਪ ਸੈਟਲਮੈਂਟ ਕਰੀ ਦੀਆਂ ਜਿਵੇਂ ਆਪਾਂ ਉੱਥੇ ਸੀ ਉੱਥੇ ਘਰਦਿਆਂ 'ਤੇ ਡਿਪੈਂਡ ਸੀ ਇੱਥੇ ਇਕੱਲੀ ਇਕੱਲੀ ਆਪਣੇ ਰਹਿਣ ਦਾ ਸਹਿਣ ਦਾ ਇੱਥੇ ਜੋ ਸੈਟਲਮੈਂਟ ਕਰਨੀ ਆਪ ਕਰਨੀ ਪੈਂਦੀ ਹੈ ਜੀ ਅਤੇ ਚਲੋ ਵਧੀਆ ਫੀਲ ਹੁੰਦਾ ਜੀ ਆਪਣੇ ਆਪਣੇ ਮਾਣ ਮਹਿਸੂਸ ਹੁੰਦਾ ਆਪਣੇ ਪੇਰੈਂਟਸ ਲਈ ਕੁਛ ਨਾ ਕੁਛ ਕਰਨ ਲਈ ਇੱਥੇ ਆਏ ਇੱਕ ਮੇਰੀ ਜਾਣਕਾਰੀ 'ਚ ਵਾਧਾ ਕਰਿਓ ਕਿਉਂਕਿ ਆਪਾਂ ਉਮਰ ਦੇ ਪੜਾਅ ਦੇ ਵਿੱਚੋਂ ਕੋਈ ਬੰਦਾ ਅੱਗੇ ਨਿਕਲ ਜਾਂਦਾ ਕੋਈ ਪਿੱਛੇ ਆ ਪੰਜਾਬ ਦੇ ਵਿੱਚੋਂ ਲਗਭਗ 3 ਲੱਖ ਮੁੰਡਾ ਕੁੜੀ ਹਰ ਸਾਲ ਮਜਬੂਰੀ 'ਚ ਨਾ ਚਾਹੁੰਦਿਆਂ ਹੋਇਆ ਬਾਹਰ ਆਉਂਦਾ ਸੋਹਣੇ ਭਵਿੱਖ ਦੀ ਭਾਲ ਦੇ ਲਈ ਜੇਕਰ ਉੱਥੇ ਹੀ ਸੱਚੀ ਮੁੱਚੀ ਰੁਜ਼ਗਾਰ ਹੁੰਦਾ 2 ਮਹੀਨੇ ਪਹਿਲਾਂ ਆਉਂਦੇ ਕਈਆਂ ਦਾ ਸ਼ੌਂਕ ਵੀ ਹੁੰਦਾ ਜੀ ਆਪਣਾ ਜਿਵੇਂ ਆਪਣੇ ਆਪਣਾ ਵੇਖ ਕੇ ਆਪਣਾ ਵੀ ਮੈਂ ਬਾਹਰ ਜਾ ਕੇ ਪੜ੍ਹਨਾ ਕਈ ਪੜ੍ਹਾਈ ਕਰਕੇ ਜਲ ਜਾਂਦੇ ਕਈਆਂ ਦਾ ਇੱਥੇ ਸੈਟਲਮੈਂਟ ਲੱਗਦਾ ਆਪਾਂ ਆਪਣਾ ਮਾਣਿਆ ਜੀ ਕਈਆਂ ਨੂੰ ਹੁੰਦਾ ਕਈ ਮਜਬੂਰੀ ਕਰਕੇ ਵੀ ਆਉਂਦੇ ਆ ਜੀ ਕਈਆਂ ਨੂੰ ਹੁੰਦਾ ਵੀ ਮੈਂ ਉੱਥੇ ਸੈਟਲ ਹੋ ਜਾਂਦਾ ਜ਼ਿਆਦਾ ਵਧੀਆ ਸੀ ਕਈਆਂ ਨੂੰ ਹੁੰਦਾ ਵੀ ਅਸੀਂ ਫੋਰਨ ਜਾ ਕੇ ਉੱਥੇ ਪੜ੍ਹਨਾ ਜੀ ਉੱਥੇ ਸਾਰਾ ਕੁਛ ਕਰਨਾ ਹੁਣ ਤਾਂ ਆਪਣੇ ਵੇਖ ਕੇ ਜਾਈਏ ਕਈ ਨੂੰ ਉੱਥੇ 50-50 ਕਿੱਲੇ ਵੀ ਆਉਂਦੇ ਆ ਉਹ ਵੀ ਬੱਚੇ ਇੱਥੇ ਆਏ ਆ ਇਹ ਆਪਾਂ ਆਪਣਾ ਮਾਣਿਆ ਜੀ ਬਿਲਕੁਲ ਠੀਕ ਬਾਈ ਜੀ ਇੱਕ ਗੱਲ ਦਿਲ ਖੋਲ੍ਹ ਕੇ ਦੱਸਿਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਏਸ਼ੀਆ ਟੀਵੀ ਤੁਹਾਡੀ ਕਸਵੱਟੀ ਦੇ ਉੱਤੇ ਖਰਾ ਉਤਰਦਾ ਸਭ ਤੋਂ ਵੱਧ ਕਿਹੜਾ ਪ੍ਰੋਗਰਾਮ ਦੇਖਦੇ ਹੋ ਮਿਹਰਬਾਨੀ ਬਹੁਤ ਮਿਹਰਬਾਨੀ ਸਾਰੇ ਪ੍ਰੋਗਰਾਮਾਂ ਨੂੰ ਤੁਸੀਂ ਇੰਨਾ ਪਿਆਰ ਦਿੰਦੇ ਹੋ ਕੋਈ ਕਮੀ ਪੇਸ਼ੀ ਹੋਵੇ ਉਹ ਵੀ ਦੱਸਿਆ ਕਰੋ ਬਹੁਤ ਮਿਹਰਬਾਨੀ ਮਿਹਰਬਾਨੀ ਚੱਲ ਬਾਈ ਚੱਲ ਵੀਰੇ ਤੁਹਾਡਾ ਪ੍ਰੋਗਰਾਮ ਪੂਰਾ ਜੀ ਦਿਲ ਖੋਲ੍ਹ ਕੇ ਸੁਣੀਦਾ ਆਪਾਂ ਸੁਣੀਦਾ ਸੱਚ ਦੇ ਤੁਸੀਂ ਉਹਦੀ ਪੂਰੀ ਆਵਾਜ਼ ਉਠਾਉਂਦੇ ਹੋ ਤੁਸੀਂ ਤੁਹਾਡੇ ਨਾਲ ਪੂਰਾ ਸਹਿਮਤ ਹਾਂ ਬਹੁਤ ਮਿਹਰਬਾਨੀ ਹਾਂਜੀ ਹਾਂਜੀ ਟਹਿਣਾ ਸਾਹਿਬ ਪੂਰਾ ਤੁਹਾਡਾ ਹਰ ਵਿਸ਼ੇ ਤੁਸੀਂ ਮੁੱਦਾ ਚੱਕਦੇ ਹੋ ਬਹੁਤ ਮਿਹਰਬਾਨੀ ਹਾਂਜੀ ਹਾਂਜੀ ਕੀ ਤੁਹਾਡਾ ਸ਼ੁਭ ਨਾਮ ਜੀ ਮੇਰਾ ਨਾਮ ਭੁਪਿੰਦਰ ਸਿੰਘ ਭੁੱਲਰਾ ਜੀ ਪਿਛੋਕੜ ਪਿੰਡ ਦਾ ਮੇਰਾ ਜੀ ਜਗਰਾਓਂ ਠੀਕ ਹੈ ਜ਼ਿਲ੍ਹਾ ਜਗਰਾਓਂ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਜੀ ਅਤੇ ਅਸੀਂ ਤਾਂ ਜੀ ਪੂਰਾ ਤਨ ਮਨ ਦਿਲੋਂ ਟਹਿਣਾ ਸਾਹਿਬ ਨੂੰ ਪੂਰੀ ਟੀਮ ਨੂੰ ਪਿਆਰ ਕਰਦੇ ਹਾਂ ਅਤੇ ਅਸੀਂ ਸੁਣਦੇ ਹਾਂ ਜੀ ਬਹੁਤ ਧੰਨਵਾਦ ਸ਼ੁਕਰੀਆ ਸ਼ੁਕਰੀਆ ਠੀਕ ਠਾਕ ਹੋ ਬਾਈ ਜੀ ਚੜ੍ਹਦੀ ਕਲਾ ਚੋਂ ਅੱਛਾ ਇਹ ਮਹਾਰਾਜ ਬਾਬੇ ਕਮਾਲ ਕੀਤੀ ਪਈ ਹੈ ਟਹਿਣਾ ਸਾਹਿਬ ਤੁਹਾਡੀ ਕਿਰਪਾ ਜੀ ਆਪਾਂ ਕਹਿੰਦੇ ਕਿਵੇਂ ਬਈ ਇੱਥੇ ਡਿਜ਼ਾਈਨ ਜੂਨ ਇੱਥੇ ਬਣਦੇ ਆ ਡਿਜ਼ਾਈਨ ਹਾਂਜੀ ਘਰੇ ਬਣਾਉਂਦੇ ਬਾਈ ਜੀ ਅੱਛਾ ਹਾਂਜੀ ਹਾਂਜੀ ਕੀ ਤੁਹਾਡਾ ਸ਼ੁਭ ਨਾਮ ਸ਼ੁਭ ਨਾਮ ਲਾਭ ਆ ਜੀ ਅੱਛਾ ਲਵਪ੍ਰੀਤ ਸਿੰਘ ਬਰਾੜ ਮੈਂ ਧਿਆਨ ਨਾਲ ਦੇਖਿਆ ਮੈਂ ਕਿਹਾ ਜੈਜੀ ਬੈਂਸ ਦਾ ਐਲਾਨ ਤਾਂ ਹੋਇਆ ਨਹੀਂ ਸੀ ਹਾਂਜੀ ਹਾਂਜੀ ਫੇਰ ਆ ਗਏ ਇੱਥੇ ਬਸ ਆ ਗਏ ਬਾਈ ਜੀ ਇੱਦਾਂ ਹੀ ਆ ਜੀ ਉਹ ਨਹੀਂ ਆਏ ਆਪਾਂ ਆ ਗਏ ਇੱਥੇ ਜੀ ਕੀ ਤੁਹਾਡਾ ਸ਼ੁਭ ਨਾਮ ਲਵਪ੍ਰੀਤ ਸਿੰਘ ਜੀ ਲਵਪ੍ਰੀਤ ਤੇ ਪਿਛੋਕੜ ਕਿੱਥੋਂ ਦਾ ਮੋਗੇ ਤੋਂ ਆ ਜੀ ਮੋਗੇ ਤੋਂ ਹਾਂਜੀ ਮੋਗਾ ਪਿੰਡ ਮੋਗਾ ਪਿੰਡ ਮਾਲਾ ਪਿੰਡ ਆ ਜੀ ਅੱਛਾ ਮਾਲਾ ਬੜਾ ਮਸ਼ਹੂਰ ਪਿੰਡ ਆ ਮਾਲਾ ਭਲੂਰ ਹਾਂਜੀ ਜੀ ਜੀ ਹਾਂਜੀ ਭਲੂਰ ਮੇਰੇ ਬੜੇ ਦੋਸਤ ਆ ਮਾਲੇ 'ਚ ਬੜੇ ਦੋਸਤ ਆ ਹਾਂਜੀ ਇੱਥੇ ਕਿਹੜੀ ਜਗ੍ਹਾ ਰਹਿੰਦੇ ਹੋ ਇੱਥੇ ਬਲੈਕ ਟਾਰ ਰਹਿੰਦੇ ਸਿਡਨੀ ਜੀ ਠੀਕ ਆ ਠੀਕ ਹਾਂਜੀ ਅੰਦਰ ਇੱਥੋਂ ਬਾਈ ਰੋਡ ਆਏ ਬਾਈ ਰੋਡ ਆਏ ਮੇਲਾ ਵੇਖਣ ਮੇਲਾ ਵੇਖਣ ਜੀ ਬਹੁਤ ਸੋਹਣੀ ਗੱਲ ਲੈਣਾ ਬਹੁਤ ਮਿਹਰਬਾਨੀ ਧਾਰੀਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਠੀਕ ਠਾਕ ਬਹੁਤ ਵਧੀਆ ਕਿਰਪਾ ਬਾਬੇ ਦੀ ਬਹੁਤ ਮਿਹਰਬਾਨੀ ਬਾਗੋ-ਬਾਗ ਗਾਰਡਨ ਗਾਰਡਨ ਚਾਹੋਗੇ ਦੱਸੋ ਹਾਂਜੀ ਇਹ ਮੇਲੇ ਬਾਰੇ ਸੌਰੀ ਖੇਡਾਂ ਬਾਰੇ ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ ਕੁਝ ਨਵੀਂ ਫਕੀਰ ਤੇ ਮਾਮਜ਼ਾਦੇ ਸੰਗ ਛੱਡ ਕੇ ਨੇ ਯਾਰਾਂ ਬੇਲੀਆਂ ਦਾ ਰਾਂਝਾ ਭਾਈਆਂ ਨੂੰ ਛੱਡ ਫਕੀਰ ਬਣਿਆ ਹੀਰ ਛੱਡ ਗਈ ਸਾਥ ਸਹੇਲੀਆਂ ਦਾ ਇੱਕ ਦਿਨ ਅਸਾਂ ਪਰਦੇਸੀਆਂ ਤੁਰ ਜਾਣਾ ਕੁੰਡਾ ਮਾਰ ਕੇ ਨਾ ਹਵੇਲੀਆਂ ਦਾ ਵਾਹ ਵਾਹ ਬਹੁਤ ਖੂਬ ਕੀ ਬਾਤ ਹੈ ਥੈਂਕ ਯੂ ਬਹੁਤ ਸ਼ੁਕਰੀਆ ਮੈਂ ਉਸਤਾਦ ਯਮਲੇ ਜੱਟ ਦੇ ਗੀਤ ਗਾਉਣੇ ਨੇ ਹੁਣ ਉੱਧਰ ਜਾ ਕੇ ਅੱਛਾ ਸਟੇਜ ਲੱਗਣ ਲੱਗੀ ਆ ਬਹੁਤ ਖੂਬ ਅਸੀਂ ਉੱਥੇ ਆ ਗਏ ਕੋਈ ਨਹੀਂ ਸ਼ਾਜੋ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਠੀਕ ਠਾਕ ਹੋ ਤੁਸੀਂ ਬਹੁਤ ਸੋਹਣਾ ਪੰਜਾਬੀ ਪਹਿਰਾਵਾ ਇਹ ਪੰਜਾਬਣਾਂ ਦਾ ਪਹਿਰਾਵਾ ਜਿਹੜਾ ਇਹ
ਪੰਜਾਬੋਂ ਬਾਹਰ ਆ ਕੇ ਪੰਜਾਬ ਨੂੰ ਸੰਭਾਲ ਕੇ ਰੱਖਿਆ ਕੀ ਕਿਹੋ ਜਿਹਾ ਪ੍ਰਭਾਵ ਆ ਤੁਹਾਡੇ ਮਨ ਦੇ ਉੱਤੇ ਕੀ ਕੁਛ ਚੱਲ ਰਿਹਾ ਕਿੰਨਾ ਸਮਾਂ ਹੋ ਗਿਆ ਮੇਲਿਆਂ 'ਚ ਆਉਂਦਿਆਂ ਨੂੰ ਸਾਨੂੰ 3-4 ਸਾਲ ਹੋ ਗਏ ਆ ਵੈਸੇ ਆਸਟ੍ਰੇਲੀਆ ਆਇਆ ਨੂੰ ਸਾਨੂੰ 13 ਸਾਲ ਹੋ ਗਏ ਆ ਬਟ ਅਸੀਂ ਟਰਾਈ ਕਰੀ ਦੀ ਆ ਵੀ ਕੋਈ ਵੀ ਮੌਕਾ ਮਿਲੇ ਪੰਜਾਬੀ ਪਹਿਰਾਵਾ ਪਾਈਏ ਸਾਡੇ ਬੱਚੇ ਵੀ ਕੀਪ ਕੰਟੀਨਿਊ ਕਰਨ ਸੋ ਪ੍ਰਾਊਡ ਫੀਲ ਹੁੰਦਾ ਜਦੋਂ ਅਸੀਂ ਕੱਪੜੇ ਪਾ ਕੇ ਆਪਣੇ ਪੰਜਾਬੀ ਸੂਟ ਪਾ ਕੇ ਜਾਈਦਾ ਇੱਥੇ ਕਿਹੜੀ ਜਗ੍ਹਾ ਰਹਿੰਦੇ ਹੋ ਅਸੀਂ ਸਿਡਨੀ ਤੋਂ ਆਏ ਆ ਬਲੈਕ ਟਾਊਨ ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਹੋਰ ਮਾਤਾ ਜੀ ਠੀਕ ਠਾਕ ਹੋ ਹਾਂਜੀ ਤੁਸੀਂ ਤਾਂ ਮੇਰੇ ਵਰਗੇ ਹੁਣੇ ਹੀ ਆਏ ਲੱਗਦੇ ਨਹੀਂ 3-4 ਵਾਰੀ ਆਏ ਆ ਅੱਛਾ ਅੱਛਾ ਬਹੁਤ ਚੰਗਾ ਲੱਗਦਾ ਇੱਥੇ ਸਭ ਤੋਂ ਜ਼ਿਆਦਾ ਕਿਹੜਾ ਸ਼ੋਅ ਦੇਖਦੇ ਹੋ ਅਸੀਂ ਚੱਜ ਦਾ ਵਿਚਾਰ ਪਰਮੇਸ਼ੀਆ ਦੇ ਸਾਡੀ ਸਾਰੀ ਫੈਮਿਲੀ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਜੀ ਭੈਣ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਬਹੁਤ ਮਿਹਰਬਾਨੀ ਹਾਂਜੀ ਤੇ ਮੈਨੂੰ ਇੱਕ ਦੁੱਖ ਆ ਕਿ ਸਾਰੇ ਮੇਲੇ ਵਿੱਚ ਹਰਮਨ ਥਿੰਨ ਦਾ ਨਾਂ ਨਹੀਂ ਉਹਨਾਂ ਦਾ ਪਰਿਵਾਰਕ ਕਾਰਨ ਸੀ ਸਾਨੂੰ ਵੀ ਦੁੱਖ ਸੀ ਲੈ ਕੇ ਨਹੀਂ ਆ ਸਕਦੇ ਪਰ ਜਿੱਦਾਂ ਸਾਨੂੰ ਤਾਂ ਲੱਗਦਾ ਤੁਸੀਂ ਲੇਡੀਜ਼ ਨੂੰ ਸਾਰਿਆਂ ਨੂੰ ਪ੍ਰੋਗਰਾਮ ਲੇਡੀਜ਼ ਬਹੁਤ ਕੁਝ ਕਹਿ ਰਹੇ ਆ ਬਹੁਤ ਕੁਝ ਤੁਸੀਂ ਵਧੀਆ ਕਹਿੰਦੇ ਆ ਸੌਰੀ ਤੇ ਪਰ ਚੱਜ ਦਾ ਵਿਚਾਰ ਆ ਤੇ ਨਾਲ ਹਰਮਨ ਥਿੰਨ ਵੀ ਜ਼ਰੂਰੀ ਹੈ ਬਿਲਕੁਲ ਜੀ ਅਗਲੀ ਵਾਰ ਅਸੀਂ ਇਕੱਠੇ ਆਵਾਂਗੇ ਤੇ ਫਿਰ ਅਸੀਂ ਤੁਹਾਡੇ ਕੋਲ ਚਾਹ ਦਾ ਪਿਆਲਾ ਸਾਂਝਾ ਕਰਕੇ ਜਾਵਾਂਗੇ ਚਾਹ ਨਹੀਂ ਰੋਟੀ ਵੀ ਠੀਕ ਹੈ ਬਹੁਤ ਮਿਹਰਬਾਨੀ ਆ ਬਾਈ ਜੀ ਨੇ ਦੱਸਿਆ ਵੀ ਨਿਯਮ ਸਖਤ ਹੋ ਗਏ ਕਹਿੰਦੇ ਆਸਟ੍ਰੇਲੀਆ ਦੇ ਵਿੱਚ ਕਹਿੰਦੇ 10 ਸਾਲ ਹੋ ਗਏ ਸਾਨੂੰ ਇੱਥੇ ਬਹੁਤ ਧੰਨਵਾਦ ਬਾਈ ਜੀ ਇੰਨਾ ਪਿਆਰ ਸਤਿਕਾਰ ਦੇਣ ਲਈ ਤੁਹਾਡੇ ਕਰਜ਼ਦਾਰ ਹਾਂ ਅਸੀਂ ਹਾਂਜੀ ਬਾਈ ਜੀ ਕੁਛ ਕਹਿਣਾ ਚਾਹੁੰਦੇ ਸੀ ਤੁਸੀਂ ਮੈਂ ਕਿਹਾ ਭਾਈ ਜੀ ਆਪਣੇ ਚੈਨਲ ਰਾਹੀਂ ਨਾ ਸਰਕਾਰ ਨੂੰ ਅਪੀਲ ਕਰਕੇ ਜਾਓ 10-10 ਸਾਲ ਹੋ ਗਏ ਪੀਆਰਾਂ ਨਹੀਂ ਦਿੰਦੇ ਹੈਗੇ ਲੀਕਾਂ ਕੜਾਈਆਂ ਹੋਈਆਂ ਹਰੇਕ ਸਾਲ 'ਚ ਰੂਲ ਚੇਂਜ ਕਰ ਦਿੰਦੇ ਆ ਹਾਂਜੀ ਹਾਂਜੀ ਤੇ ਆਈਲੈਟਸ ਵਗੈਰਾ ਕਰ ਲਈ ਸਾਰਾ ਕੁਛ ਸਭ ਕੁਛ ਭਾਅ ਜੀ ਅੱਛਾ ਹਾਂਜੀ ਹਾਂਜੀ ਕਿ ਉਹ ਇੱਕ ਉਹ ਅਪੀਲ ਮਾਰ ਕੇ ਜਾਓ ਹਰੇਕ ਸਾਲ ਕੁਛ ਨਾ ਕੁਛ ਰੂਲ ਚੇਂਜ ਹੋ ਜਾਂਦੇ ਮੇਰਾ ਬਸ ਚੱਲੇ ਮੈਂ ਇੱਥੇ ਸਿੱਖੜਾਂ ਤੇ ਆਏ ਸਾਰੇ ਸਾਥੀਆਂ ਨੂੰ ਪੱਕੇ ਕਰ ਜਾ ਇੱਕੋ ਹੀ ਅਪੀਲ ਕਰਨਾ ਚਾਹੁੰਦਾ ਕਿ ਸਾਡੀ ਗਵਰਨਮੈਂਟ ਨੂੰ ਇੱਕ ਹੋਰ ਅਪੀਲ ਕਰ ਦਿਓ ਵੀ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਵੀ ਪੀਆਰਾਂ ਥੋੜੀਆਂ ਸੌਖੀਆਂ ਕਰ ਦਿਓ ਰੱਬ ਦਾ ਹੀ ਵਾਸਤਾ ਤੁਹਾਡੇ ਵਾਸਤੇ ਲਓ ਜੀ ਇੱਥੋਂ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਆ ਇੱਕੋ ਫਿਰ ਦੁਬਾਰਾ ਪੁਆਇੰਟ ਹੋਰ ਕਰ ਦਿਓ ਪੂਰੇ ਕਰ ਦਿਓ ਤੇ ਇੰਨਾ ਹੀ ਬੜਾ ਰੱਬ ਦਾ ਵਾਸਤਾ ਵੀ ਪੀਆਰਾਂ ਸੌਖੀਆਂ ਕਰ ਦਿਓ ਸਾਨੂੰ ਇਸ ਵਾਰ ਕਰੋਨਾ 'ਚ ਉਮੀਦ ਲੱਗਦੀ ਸੀਗੀ ਵੀ ਸਰਕਾਰ ਕੋਈ ਵਧੀਆ ਸਾਡੇ ਲਈ ਸਟੂਡੈਂਟ ਲਈ ਕਰਨਗੇ ਬਟ ਉਹ ਕਰੋਨਾ ਟਾਈਮ ਵੀ ਲੰਘ ਗਿਆ 8-8 ਸਾਲ ਹੋ ਗਏ ਭਾਜੀ ਟੈਕਸ ਭਰਦਿਆਂ ਨੂੰ ਬਾਕੀ ਬਾਰੇ ਕੀ ਗੱਲ ਹੋ ਰਹੀ ਹੈ ਇਹ ਵੀ ਕੋ ਨਹੀਂ ਹੈਗੇ ਜਿੰਨਾ ਮਰਜ਼ੀ ਜ਼ੋਰ ਨਾਲ ਦਬਦਾ ਕਿੱਥੇ ਆ ਭਾਈ ਇੱਕ ਗੱਲ ਹੈ ਜਾਣ ਵਾਲੇ ਅਸੀਂ ਵੀ ਨਹੀਂ ਲੈ ਕੇ ਹੀ ਜਾਵਾਂਗੇ ਪੀਆਰ ਉੱਥੇ ਹੀ ਦਬ ਕੇ ਜਾਵਾਂਗੇ ਦਬ ਕੇ ਟੈਨਸ਼ਨ ਨਾ ਲਓ ਦੇ ਵੀ ਅਸੀਂ ਵੀ ਪੜਾਕੇ ਹੀ ਪਾ ਕੇ ਜਾਵਾਂਗੇ ਬਹੁਤ 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 ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ ਆਸਟ੍ਰੇਲੀਆ ਸਾਨੂੰ ਤਾਂ ਵਿਜੇ 3 ਸਾਲ ਹੀ ਹੋਏ ਅੱਛਾ ਕਿਹੜੀ ਜਗ੍ਹਾ ਰਹਿੰਦੇ ਹੋ ਅਸੀਂ ਕੈਨਬਰਾ ਜੀ ਕੈਨਬਰਾ ਰਹਿੰਦੇ ਹਾਂ ਹਾਂਜੀ ਤੇ ਫਿਰ ਇੱਥੇ ਸਿਰਫ ਮੇਲਾ ਦੇਖਣ ਆਏ ਹਾਂਜੀ ਕਿਹੜਾ ਦੇਖਣ ਆਏ ਹਾਂਜੀ ਹਾਂਜੀ ਉਹ ਤੁਹਾਡੀ ਪਾਰਲੀਮੈਂਟ ਅਸੀਂ ਦੇਖੀ ਇੱਕ ਵਾਰ ਬੜੀ ਸੋਹਣੀ ਆ ਹਾਂਜੀ ਅਸੀਂ ਦੇਖ ਕੇ ਥੈਂਕ ਯੂ ਹੋਰ ਤੁਸੀਂ ਠੀਕ ਠਾਕ ਹੋ ਚੜਦੇ ਕਿੰਨਾ ਸਮਾਂ ਹੋ ਗਿਆ ਇੱਥੇ ਕਿੰਨਾ ਸਮਾਂ ਹੋ ਗਿਆ 2 ਸਾਲ ਹੋ ਗਏ 2 ਸਾਲ ਹਾਂਜੀ ਸਟੂਡੈਂਟ ਵੀਜ਼ਾ ਤੇ ਆਏ 485 ਤੇ ਹੁਣ ਹਾਂਜੀ ਠੀਕ ਹੈ ਚਲੋ ਬਹੁਤ ਮਿਹਰਬਾਨੀ ਸ਼ੁਕਰੀਆ ਭਾਈ ਜੀ ਆ ਲਓ ਅਮਨ ਭਾਅ ਜੀ ਇੱਧਰ ਆਇਓ ਆਹ ਦੇਖੋ ਜੀ ਆਹ ਬਲਦਾਂ ਦੀਆਂ ਦੌੜਾਂ ਅਸੀਂ ਕਿਲ੍ਹਾ ਰਾਏਪੁਰ ਦੇ ਵਿੱਚ ਵੇਂਹਦੇ ਰਹੇ ਹਾਂ ਆਹ ਬਾਪੂ ਜੀ ਜਿਹੜੇ ਪੇਂਟਿੰਗ ਬਣਾ ਰਹੇ ਆ ਠੀਕ ਠਾਕ ਹੋ ਚੜ੍ਹਦੀ ਕਲਾ 'ਚੋਂ ਅਤੇ ਇਹ ਬਲਦਾਂ ਦੀਆਂ ਦੌੜਾਂ ਬਣਾ ਰਹੇ ਹੋ ਹੈ ਇਹ ਇੱਦਾਂ ਹੋਇਆ ਜੀ ਵੀ ਬਲਗੂਲ ਕੇ ਮੇਲਾ ਲੱਗਿਆ ਇੱਥੇ ਸਭ ਕੁਛ ਤੁਸੀਂ ਕਰ ਸਕਦੇ ਹੋ ਬਲਦ ਨਹੀਂ ਭਜਾ ਸਕਦੇ ਇਹ ਮੈਂ ਬਲਦ ਪੰਜਾਬ ਤੋਂ ਲੈ ਕੇ ਆਇਆ ਤੁਹਾਡੇ ਲਈ ਤਾਂ ਕਿ ਤੁਹਾਨੂੰ ਪੁਰਾਣੇ ਮੇਲੇ ਯਾਦ ਰਹਿਣ ਤੇ ਉਹ ਬਲਦਾਂ ਦੀ ਹਾਜ਼ਰੀ ਲੱਗੇ ਜਦੋਂ ਬਲਦਾਂ ਨਾਲ ਕਿਸਾਨ ਦਾ ਰਿਸ਼ਤਾ ਸੀ ਕਦੇ ਕਰਜ਼ਈ ਨਹੀਂ ਹੋਇਆ ਕਦੇ ਸੂਸਾਈਡ ਨਹੀਂ ਕੀਤੀ ਤੇ ਬਲਦ ਦੀ ਨਜ਼ਾਰੇ ਲੈਂਦੇ ਸੀ ਤੇ ਕਿਸਾਨ ਵੀ ਕਿੰਨਾ ਸਮਾਂ ਹੋ ਗਿਆ ਜੀ ਇੱਥੇ ਆਇਆ ਨੂੰ ਆਸਟ੍ਰੇਲੀਆ ਤਾਂ ਨਵਾਂ ਹੀ ਆ ਜੀ ਇੱਥੇ ਮੈਂ ਇੱਥੇ ਰਹਿਣ ਨਹੀਂ ਆਇਆ ਮੈਂ ਫਿਰਦਾ ਰਹਿਣਾ ਕਈ ਮੁਲਕਾਂ 'ਚ ਅੱਛਾ ਪਰ ਮੈਂ ਲੋਕਾਂ ਨੂੰ ਰਿਮਾਈਂਡ ਕਰਾਉਣਾ ਚਾਹੁੰਦਾ ਸੀ ਆਪ ਕਿੰਨਾ ਚਿਰ ਬਲਦਾਂ ਨਾਲ ਖੇਤੀ ਕੀਤੀ ਆਪ ਜੀ ਨੇ ਦੇਖੋ ਜੀ ਸਾਡੀ ਖੇਤੀ ਕੈਨਵਸ ਤੇ ਹੁੰਦੀ ਹੈ ਜੀ ਠੀਕ ਹੈ ਨਾ ਜੀ ਸੋ ਸਾਡੀ ਰੰਗਾਂ ਦੀ ਖੇਤੀ ਆ ਵਾਹ ਰੰਗ ਹੀ ਸਾਡਾ ਸਭ ਕੁਛ ਆ ਜੀ ਇਹੀ ਬ੍ਰੈਡ ਐਂਡ ਬਟਰ ਇਹੀ ਚੀਜ਼ ਅਣਵਾਈ ਨਾ ਮੈਨੂੰ ਤਾਂ ਦੇਖ ਕੇ ਕਿਲਾ ਰਾਏਪੁਰ ਦੀਆਂ ਖੇਡਾਂ ਜਿੱਤੇ ਆ ਗਈਆਂ ਮੈਂ ਕਿਹਾ ਉੱਥੇ ਐਂ ਭਜਾਉਂਦੇ ਹੁੰਦੇ ਸੀ ਬਲਦ ਬਿਲਕੁਲ ਜੀ ਬਾਪੂ ਜੀ ਵੀ ਦੇਖੋ ਪੂਰੇ ਫਲੋਚ ਨੇ ਹਾਂ ਬਿਲਕੁਲ ਇਹ ਫਲੋਸਟੀ ਆ ਪੰਜਾਬ ਦੀ ਸਪੀਡ ਆ ਜੀ ਇਹ ਜਿਹੜੀ 5 ਤੋਂ ਜਾ ਕੇ 500 ਦੇ ਮਿੰਟ 'ਚ ਪਹੁੰਚ ਜਾਂਦੀ ਆ ਵਾਹ ਬਹੁਤ ਖੂਬ ਹਾਂਜੀ ਸੋ ਮੈਂ ਤੁਹਾਡਾ ਸ਼ੁਭ ਨਾਮ ਮੇਰਾ ਨਾਮ ਸੁਖਪ੍ਰੀਤ ਸਿੰਘ ਆਰਟਿਸਟ ਹੈ ਜੀ ਅੱਛਾ ਕਿੱਥੋਂ ਦਾ ਮੈਂ ਲੁਧਿਆਣੇ ਪੀਏਯੂ ਕੋਲ ਦਾ ਜੀ ਠੀਕ ਹੈ ਜੀ ਠੀਕ ਹੈ ਤੇ ਬਾਈ ਜੀ ਬੜੀ ਖੁਸ਼ੀ ਹੋਈ ਸਾਰੇ ਮੇਲੇ 'ਚ ਫਾਈਨ ਆਰਟਸ ਮਿਸਿੰਗ ਸੀਗਾ ਜੀ ਬਾਕੀ ਸਾਰੀਆਂ ਖੇਡਾਂ ਹੁੰਦੀਆਂ ਵੈਸਟ ਦਾ ਜਿਹੜਾ ਆਰਟ ਹੈ ਫਾਈਨ ਆਰਟਸ ਸਾਨੂੰ ਅੰਗਰੇਜ਼ਾਂ ਦੇ ਸਾਰੇ ਜਣੇ ਤਾੜੀ ਮਾਰ ਦਿਓ ਜੀ ਸੋ ਆਪਾਂ ਇਹ ਨਵਾਂ ਇੰਟਰੋਡਿਊਸ ਕੀਤਾ ਆਰਟ ਫਾਈਨ ਆਰਟਸ ਤੋਂ ਬੱਚੇ ਫਾਈਨ ਆਰਟਸ ਨਾਲ ਵੀ ਜੁੜਨ ਕੋਈ ਨਹੀਂ ਜੀ ਬਹੁਤ ਵਧੀਆ ਤੁਹਾਡਾ ਥੈਂਕਸ ਜੀ ਸੋ ਸਾਰੇ ਫੁੱਲਾਂ ਦੇ ਗੱਲ ਦੱਸਦੇ ਤੇ ਅਸੀਂ ਆਪਣੇ ਰੰਗਾਂ ਦਾ ਫੁੱਲ ਰੱਖੇ ਨੇ ਬਹੁਤ ਖੂਬ ਬਹੁਤ ਸ਼ੁਕਰੀਆ ਜੀ ਵਾਹ ਕੀ ਬਾਤ ਹੈ ਤੇ ਜੀ ਪਾਣੀ ਦੀ ਸੇਵਾ ਕੌਣ ਕੌਣ ਕਰ ਰਹੇ ਹੈ ਜੀ ਇਹ ਕਿਹਨਾਂ ਦੇ ਵੱਲੋਂ ਹੋ ਰਹੀ ਹੈ
ਇੱਥੇ ਜੀ ਸਾਨੂੰ ਇਹ ਸਾਥੀ ਨੇ ਦੱਸਿਆ ਐਤਕੀ ਵੀ ਆਸਟ੍ਰੇਲੀਆ ਦੇ ਵਿੱਚੋਂ ਪਾਣੀ ਦੀ ਸੇਵਾ ਜਿਹੜੀ ਉਹ 2 ਲੱਖ ਤੋਂ ਵੱਧ ਬੋਤਲਾਂ ਜਿਹੜੀ ਉਹ ਇੱਥੇ ਪਹੁੰਚਾਈ ਗਈ ਹੈ। ਮੇਰਾ ਖਿਆਲ ਹੈ ਬਾਈ ਜੀ $1.5 ਦੀ ਤਾਂ ਹੋਊਗੀ। ਹਾਂਜੀ ਬਿਲਕੁਲ। ਹਾਂਜੀ ਮਤਲਬ ਇਹ ਵੀ ਇਹ ਸੇਵਾ ਕੋਈ ਛੋਟੀ ਨਹੀਂ ਗੀ, ਇੱਥੇ ਜਾ ਕੇ ਵੀ ਪੰਜਾਬੀ ਆਪਦਾ ਦਸਵੰਧ। ਹਾਂਜੀ ਸਿਡਨੀ ਤੋਂ ਸਪੈਸ਼ਲ 80,000 ਸਿਡਨੀ ਤੋਂ 80,000 ਬੋਤਲ ਆਈ ਹੈ। ਮਤਲਬ ਇਹ ਵੀ ਇਹ ਵੀ ਕੋਈ ਛੋਟੀ ਸੇਵਾ ਨਹੀਂ ਆ, ਇਹ ਆਪਾਂ ਕਹਿੰਦੇ ਵੀ ਟੱਬ ਭਰ ਕੇ ਨਹੀਂ, ਇੱਥੇ ਇਕੱਲੀ ਇਕੱਲੀ ਚੀਜ਼ ਦਾ ਮੁੱਲ ਅਦਾ ਕੀਤਾ ਗਿਆ ਤੇ ਇੱਕ ਪਰਿਵਾਰ ਦੇ ਵੱਲੋਂ, ਸਿਰਫ ਇੱਕ ਪਰਿਵਾਰ ਦੇ ਵੱਲੋਂ। ਆ ਜਾਓ ਸਾਹਮਣੇ ਤੇ ਚੱਜ ਦਾ ਵਿਚਾਰ ਵੇਹਨੇ ਹੋ ਤੁਸੀਂ? ਹਾਂਜੀ ਬਿਲਕੁਲ ਵੇਹਨੇ ਹਾਂ ਬਾਬਾ ਜੀ, ਚੱਜ ਦਾ ਵਿਚਾਰ ਦੇ ਕਰਕੇ ਹੀ ਤੇ ਉਹ ਵਿਚਾਰਕ ਮਾਹੌਲ ਬਣਿਆ ਹੋਇਆ, ਤੇ ਇਹ ਜਿਹੜੀ ਗੱਲ ਆ ਇਹ ਹੈ ਵੀ ਵਿਚਾਰਕ ਗੱਲ ਆ ਇੱਕ, ਹੈ ਨਾ। ਤਸਵੀਰਾਂ ਰਾਹੀਂ ਮੇਰੇ ਕੋਲ ਕੱਲ੍ਹ ਦੇ ਇਹੋ ਜਿਹੇ ਪਰਸੋਂ ਦੇ ਮੇਰੇ ਜਿਹੜੇ ਫੋਲੋਅਰਸ ਆ ਮੈਨੂੰ ਮਿਲੇ ਆ ਬ੍ਰਿਸਬੇਨ ਤੋਂ, ਪਰਥ ਤੋਂ, ਗੋਲਡ ਕੋਸਟ ਤੋਂ, ਸਿਡਨੀ ਤੋਂ, ਔਰ ਆ ਕੇ ਉਹ ਇਹਨਾਂ ਤਸਵੀਰਾਂ ਵਿੱਚ ਆਪਣੇ ਰਿਸ਼ਤੇ ਲੱਭ ਰਹੇ ਆ, ਹੈ ਨਾ। ਅਤੇ ਮੈਂ ਇੱਥੇ ਫੇਮਸ ਪਰਸਨੈਲਿਟੀਜ਼ ਦੀ ਵਜ੍ਹਾ ਫੈਮਿਲੀਜ਼ ਦੀਆਂ ਤਸਵੀਰਾਂ ਲਗਾਈਆਂ ਤਾਂ ਕਿ ਫੇਮਸ ਪਰਸਨੈਲਿਟੀ ਨੂੰ ਤਾਂ ਆਪਾਂ ਹੋਰ ਚੈਨਲਸ ਤੋਂ ਹੋਰ ਮੀਡੀਅਮ ਰਾਹੀਂ ਵੀ ਵੇਖ ਲੈਂਦੇ ਹਾਂ, ਪਰ ਇਹ ਲੋਕਾਂ ਦੀ ਗੱਲ ਆ, ਹੈ ਨਾ, ਇਹ ਆਮ ਲੋਕਾਂ ਦੀ ਗੱਲ ਆ। ਆਹ ਜਿਹੜਾ ਆਹ ਜਿਹੜੀ ਤਸਵੀਰ ਹੈ ਇਹ 'ਚ ਤੁਸੀਂ ਵੇਖ ਸਕਦੇ ਆ ਕਿ ਦਾਦਾ ਅਤੇ ਪੋਤਾ ਆ, ਇਹ ਬੇਸਿਕਲੀ ਮਿਲੇ ਨਹੀਂ ਆਪਸ, ਕਿਉਂਕਿ ਦਾਦਾ ਜੀ ਜਿਹੜੇ ਉਹ ਪਹਿਲੋਂ ਚਲੇ ਗਏ, ਅਤੇ ਦਾਦਾ ਅਤੇ ਪੋਤੇ ਨੂੰ ਫਿਰ ਮੈਂ ਇੱਕ ਤਸਵੀਰ ਰਾਹੀਂ ਇਕੱਠਿਆ ਕੀਤਾ ਜੀ। ਇਹ ਹੁਣ ਬੇਸਿਕਲੀ ਇਹਨਾਂ ਦਾ ਜਿਹੜਾ ਬੇਟਾ ਸਾਹਿਬ ਸੀ ਉਹਨਾਂ ਨੇ ਤਸਵੀਰ ਹੀ ਨਹੀਂ ਲਗਾਈ ਕਿ ਮੇਰੇ ਫਾਦਰ ਸਾਹਿਬ ਚਲ ਗਏ ਸ਼ੌਕ 'ਚ ਸੀਗਾ, ਫਿਰ ਉਹਦੀ ਵਾਈਫ ਨੇ ਬਣਵਾ ਕੇ ਦਿੱਤਾ। ਅੱਛਾ, ਬਹੁਤ। ਸੋ ਇਹ ਪਰਿਵਾਰਕ ਰਿਸ਼ਤਿਆਂ ਦੀਆਂ ਤਸਵੀਰਾਂ ਆ। ਆਹ ਤਸਵੀਰ ਦੀ ਕਹਾਣੀ ਵੀ ਇੱਦਾਂ ਆ ਕਿ ਬਾਪੂ ਜੀ ਸਾਰੀ ਉਮਰ ਘਰ ਬਣਾਉਂਦੇ ਰਹੇ, ਗੇਟ ਆਰਡਰ ਕੀਤਾ ਸੀਗਾ ਅਤੇ ਉਦਣ ਰਾਤ ਸੁੱਤੇ ਉੱਠੇ ਨਹੀਂ। ਇਹ ਮਾਤਾ ਥੋੜ੍ਹੇ ਸ਼ੌਕ 'ਚ ਚਲੇ ਗਏ, ਇਹਨਾਂ ਨੂੰ ਸੀਗਾ ਕਿ ਵੀ ਕਿੱਦਾਂ ਚਲੇ ਗਏ, ਹੈ ਨਾ, ਇੱਥੇ ਤਾਂ ਅਸੀਂ ਪਰਿਵਾਰ ਇਕੱਠਾ ਕਰਨਾ ਸੀ, ਉਹ ਪਰਿਵਾਰ ਸਾਰਾ ਇੱਥੇ ਰਹਿੰਦਾ। ਉਹ ਬੇਬੇ ਜਿੱਦਾਂ ਚਿਹਰੇ ਦੀਆਂ ਝੁਰੜੀਆਂ ਨਾ ਜਿਹੜੀਆਂ, ਇਹ ਇਹਨਾਂ ਦੀ ਉਮਰ ਦੀਆਂ ਗਵਾਹ, ਜ਼ਿੰਦਗੀ ਦੇ ਤਜਰਬਿਆਂ ਦੀਆਂ ਗਵਾਹ। ਇਕੱਲੀ ਇਕੱਲੀ ਝੁਰੜੀ ਹੈ ਜਿਹੜੀ ਚਿਹਰੇ ਦੇ ਉੱਤੇ ਵੱਟ ਪਏ ਜਿਹੜੇ, ਉਹ ਬਹੁਤ ਕੁਝ ਬਿਆਨ ਕਰਨ ਵਾਲੀ ਗੱਲ ਆ। ਜੀ ਜੀ ਜੀ, ਬਹੁਤ ਸ਼ੁਕਰੀਆ, ਬਹੁਤ ਤੁਸੀਂ ਇਹ ਕਮਾਲ ਦੀ ਗੱਲ ਕੀਤੀ। ਇਹ ਵੀ ਬੇਸਿਕਲੀ ਜਿਹੜੇ ਬਜ਼ੁਰਗ ਹੈ ਕਰੋਨਾ ਦੇ ਵਿੱਚ ਚਲੇ ਗਏ, ਕਰੋਨਾ 'ਚ ਬਹੁਤ ਕਾਮਨ ਇਹ ਵਾਪਰਿਆ ਕਿ ਸਾਡੇ ਬਜ਼ੁਰਗ ਚਲੇ ਗਏ ਅਤੇ ਸਾਡੇ ਕੋਲ ਜਾਣ ਲਈ ਤਾਲਾਬੰਦੀਆਂ ਦੇ ਵਿੱਚ ਸਾਡੇ ਕੋਲ ਪਰਮਿਸ਼ਨ ਨਹੀਂ ਸੀ, ਐਗਜ਼ੈਂਪਸ਼ਨ ਨਹੀਂ ਮਿਲ ਪਾਈ, ਲੋਕ ਮੰਤਰੀਆਂ ਨੂੰ ਰਿਕੁਐਸਟ ਕਰਦੇ ਵੀ ਰਹਿ ਗਏ ਤਾਂ ਵੀ ਐਗਜ਼ੈਂਪਸ਼ਨ ਨਹੀਂ ਮਿਲ ਪਾਈ ਜਾਣ ਦੀ। ਫਿਰ ਇਹ ਜਿਹੜੀ ਇਹਦੀ ਪੋਤੀ ਆ, ਇਹ ਜਿਹੜੇ ਸੀਗੇ ਬਜ਼ੁਰਗ, ਇਹਨਾਂ ਦੀ ਪੋਤੀ ਨੇ ਤਸਵੀਰ ਬਣਾਈ ਕਿ ਮੇਰੀ ਦਾਦੀ ਨੂੰ ਹੁਣ ਮੈਂ ਵੈਸੇ ਤਾਂ ਨਹੀਂ ਰੱਖ ਸਕਦੀ ਮੈਲਬਨ ਆਪਣੇ ਕੋਲ, ਪਰ ਤਸਵੀਰ ਰਾਹੀਂ ਰੱਖਣਾ ਚਾਹੁੰਦਾ। ਬਹੁਤ ਖੂਬ। ਸੋ ਮੇਰੀ ਜਿਹੜੀ ਕੋਸ਼ਿਸ਼ ਸੀਗੀ ਇਸ ਕਮਿਊਨਿਟੀ ਦੇ ਵਿੱਚ ਤਸਵੀਰਾਂ ਦੇ ਰਾਹੀਂ ਰਿਸ਼ਤਿਆਂ ਨੂੰ ਅੱਗੇ ਲੈ ਕੇ ਆਉਣ ਦੀ, ਰਿਸ਼ਤਿਆਂ ਦੀ ਟੁੱਟੀ ਹੋਈ ਤੰਦ ਨੂੰ ਜੋੜਨ ਦੀ, ਉਹਦੇ ਵਿੱਚ ਮੈਂ ਮਹਿਸੂਸ ਕਰ ਰਿਹਾ ਕਿ ਉਹ 3-4 ਸਾਲਾਂ 'ਚ। ਪਿੱਛਾ ਕਿਹੜੀ ਜਗ੍ਹਾ ਤੋਂ ਆ? ਮੈਂ ਜਲੰਧਰ ਤੋਂ ਭਾਅ ਜੀ। ਜਲੰਧਰ ਤੋਂ? ਹਾਂਜੀ ਹਾਂਜੀ। ਤੇ ਕਿੰਨਾ ਸਮਾਂ ਹੋ ਗਿਆ ਇੱਥੇ? ਮੈਂ 2007 'ਚ ਸਟੂਡੈਂਟ ਆਇਆ ਸੀਗਾ ਭਾਅ ਜੀ। ਪੱਕੇ ਹੋ ਗਏ? ਹੁਣ ਪੱਕਿਆ ਜੀ। ਬਹੁਤ ਚੰਗੀ ਗੱਲ। ਹੁਣ ਇੱਥੋਂ ਦਾ ਪਾਸਪੋਰਟ ਹੈਗਾ ਅਤੇ ਹੁਣ ਅਸੀਂ ਲਾਹੌਰ ਦੇ ਵਿੱਚ ਐਗਜ਼ੀਬਿਸ਼ਨ ਦੀ ਗੱਲ ਕਰ ਰਹੇ ਹਾਂ। ਇੱਥੋਂ ਦਾ ਕਲਚਰ ਜਿਹੜਾ ਸਾਡਾ ਪੰਜਾਬ ਤੋਂ ਉੱਥੇ ਨਹੀਂ ਅਸੀਂ ਲੈ ਕੇ ਜਾ ਸਕੇ, ਉਹ ਇੱਥੋਂ ਲੈ ਕੇ ਜਾਵਾਂ। ਬਹੁਤ ਚੰਗੀ ਗੱਲ, ਤੁਸੀਂ ਮੂਰਤਾਂ ਬਣਾਉਂਦੇ ਰਹੋ, ਬਹੁਤ ਛਾਉਂਦੇ ਰਹੋ, ਦਿਲ ਲਾਉਂਦੇ ਰਹੋ ਤੇ ਮਨਾਂ 'ਚ ਵਸਦੇ ਰਹੋ। ਬਹੁਤ ਬਹੁਤ ਧੰਨਵਾਦ। ਧੰਨਵਾਦ ਬੇਬੇ ਜੀ, ਠੀਕ ਠਾਕ ਹੋ? ਬਸ ਉਹ ਥੋੜ੍ਹੇ ਜਿਹੇ ਪਰਿਵਾਰਕ ਕਾਰਨ ਸੀਗੇ ਜੀ, ਉਹ ਆ ਨਹੀਂ ਸਕਦੇ। ਮੈਨੂੰ ਇੱਥੇ ਫਿਰਦੇ ਫਿਰਦੇ ਨਾ ਹੱਕ ਲੈਣ ਅਤੇ ਹੱਕ ਮੰਗਣ ਵਾਲਿਆਂ ਦੀਆਂ ਅਤੇ ਹੱਕ ਲੈਣ ਦੀਆਂ ਕੋਸ਼ਾਂ ਦੇ ਵਿੱਚ ਜੁਟੇ ਹੋਏ ਲੋਕਾਂ ਦੀਆਂ ਕੁਛ ਕੁ ਗੱਲਾਂ ਚੇਤੇ ਆ ਗਈਆਂ। ਬਾਬਾ ਨਜ਼ਮੀ ਸਾਹਿਬ ਨੇ ਲਿਖਿਆ ਕਿ ਹੱਕ ਜਦੋਂ ਮੈਂ ਜੀਣ ਦਾ ਮੰਗਾਂ ਤਾਂ ਪੱਥਰ ਮਾਰੇ ਜਾਂਦੇ ਨੇ, ਮਰ ਜਾਵਾਂ ਤਾਂ ਮੇਰੇ ਉੱਤੇ ਫੁੱਲ ਖਿਲਾਰੇ ਜਾਂਦੇ ਨੇ। ਕੋਈ ਨਾ ਜਾਵੇ ਮੈਂ ਤਾਂ ਜਾਣਾ ਪੁੱਛਣ ਸ਼ਹਿਰ ਦੇ ਹਾਕਮ ਨੂੰ, ਤੇਰੇ ਸਾਡੇ ਸਿਰ ਦੇ ਬਦਲੇ ਸਭ ਕੁਝ ਕਿਉਂ ਵਾਰੇ ਜਾਂਦੇ ਨੇ। ਉਹਨਾਂ ਨੇ ਬੜੀ ਖੂਬਸੂਰਤ ਗੱਲ ਲਿਖੀ ਆ ਵੀ ਹਾਂਜੀ ਆਉਣ ਦੇ, ਬਹੁਤ ਮਿਹਰਬਾਨੀ ਮਿਹਰਬਾਨੀ। ਹਾਂ, ਤੇਰੇ ਸਿਰ ਦੇ ਬਦਲੇ ਸਾਡੇ ਸਿਰ ਕਿਉਂ ਵਾਰੇ ਜਾਂਦੇ ਨੇ। ਮਤਲਬ ਇਹ ਆ ਵੀ ਜਿਹੜੀਆਂ ਸਾਡੀਆਂ ਸਾਹਿਤਕ ਲਿਖਤਾਂ ਉਹ ਦੱਸਦੀਆਂ ਕਿ ਅਸੀਂ ਇੱਥੇ ਆ ਕੇ ਵੀ ਹੱਕ ਲੈਣ ਦੇ ਲਈ ਕਿੰਨੇ ਪ੍ਰਬਲ ਹਾਂ, ਅਸੀਂ ਕਿੰਨੀ ਮਿਹਨਤ ਕਰਦੇ ਹਾਂ ਜੀ। ਸਵੈਨ ਹਿੱਲ ਦੇ ਵਿੱਚ ਇੱਕ ਨਵੇਂ ਗੁਰੂ ਘਰ ਦੀ ਸਥਾਪਨਾ ਹੋ ਰਹੀ ਹੈ, ਜਿੱਥੇ ਪੰਜਾਬੀ ਜਾਂਦੇ ਆ ਉੱਥੇ ਆਪਣਾ ਸੱਭਿਆਚਾਰ, ਆਪਣੀ ਵਿਰਾਸਤ, ਆਪਣਾ ਸਿੱਖ ਇਤਿਹਾਸ ਲੈ ਕੇ ਜਾਂਦੇ। ਅਤੇ ਸਵੈਨ ਖੇਤਰ ਦੇ ਵਿੱਚ ਇੱਕ ਨਵੇਂ ਗੁਰੂ ਘਰ ਦੀ ਸਥਾਪਨਾ ਹੋਣ ਜਾ ਰਹੀ ਹੈ, ਉਹਦੇ ਲਈ ਇੱਥੇ ਆ ਲਾਈ ਹੋਈ ਸਟਾਲ ਵੀ ਜਿਹੜੇ ਸੇਵਾ ਦਾਨ ਪਾਤਰ ਆ ਜਿਹੜੇ। ਹਾਂ, ਇੱਕ ਮਿੰਟ ਜੀ, ਬਸ ਥੋੜ੍ਹੀ ਜਿਹੀ ਗੱਲ ਕਰ ਲਾਂ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਚੜ੍ਹਦੀ ਕਲਾ 'ਚੋਂ ਸਵੈਨ ਖੇਤਰ ਜਿੱਥੇ ਗੁਰੂ ਘਰ ਦੀ ਸਥਾਪਨਾ ਕਰ, ਸਵੈਨ ਹਿੱਲ ਮੈਂ ਨਵਾਂ, ਮੈਨੂੰ ਅੱਧੀਆਂ ਗੱਲਾਂ ਦੇ ਪਤਾ ਹਾਲੇ। ਅਤੇ ਕਿੰਨੀ ਦੂਰ ਹੈ ਇੱਥੋਂ? ਇੱਥੋਂ 1500 ਕਿਲੋਮੀਟਰ ਦੂਰ ਜੀ। ਅਤੇ ਮੈਲਬਰਨ ਤੋਂ? ਮੈਲਬਰਨ ਤੋਂ 350 ਕਿਲੋਮੀਟਰ ਦੂਰ ਜੀ। ਠੀਕ ਹੈ ਜੀ। ਹਾਂਜੀ, ਅਤੇ ਕਿੰਨੀ ਕੁ ਮਾਇਆ ਇਕੱਤਰ ਹੋ ਗਈ ਆ ਜਾਂ ਇਹ ਪਹਿਲੀ ਸਟਾਲ ਲਾਈ ਹੈ ਤੁਸੀਂ ਉਹਦੇ ਲਈ? ਨਹੀਂ, ਅਸੀਂ ਜੀ ਇਹ ਸਾਡਾ ਲਗਭਗ 3ਜਾ 4 ਜਿਹੜਾ ਵਾ ਡੋਨੇਸ਼ਨ ਦਾ ਪ੍ਰੋਗਰਾਮ ਆ। ਅੱਜ ਸਾਡਾ 3ਜਾ ਦਿਨ ਹੈ ਇਸ ਮੇਲੇ ਦੇ ਵਿੱਚ, ਜਦਕਿ ਜਿਹੜੀ ਸਾਡੀ 30 ਬੰਦਿਆਂ ਦੀ ਟੀਮ ਆ ਉਹ ਲੰਗਰਾਂ ਦੇ ਵਿੱਚ ਵੀ ਸੇਵਾ ਦਾ ਪ੍ਰਬੰਧ ਚੁੱਕਿਆ ਹੋਇਆ। ਰਾਤ ਲੰਗਰ
गुरद्वारा साहब बुलबुलगा विखे लंगर तैयार करते हैं तो दिने इतने चाह पकौड़े की सेवा करते हैं तो बाकी कुछ सिंह जिहड़े साडे इत्थे डोनेशन जिहड़ी एकत्र स्थापना की शुरुआत हो चुकी है गुरद्वारा साहिबान दी इमारत बन शुरू हो गई है कि बनाउणी हाले गुरद्वारा साहब की इमारत जो पुरानी बिल्डिंग परचेज की सी ओदा हाँ जी ओदी हालत बहुत खस्ता हो चुकी है तो ओदा डेमोलिशन करके ओदी आ नवीं बिल्डिंग एक स्थापना करनी है जी ते नाल एक सरां जो बनाउण जा रहे हैं कि जो मेलबर्न तो मलडूरे नू ड्राइवर वीर जांदे ने उन्होंने रात रुकन लई जो ठहर होवे रात सौ सकन प्रशादा छक सकन उन्होंने लई विशेष उपराला करन जा रहे हैं। भाजी की कहना चाहोगे? ਭਾਜੀ ਇਹੀ ਕਹਿੰਦੇ ਜੀ ਗੁਰੂ ਘਰ ਬਣਾ ਰਹੇ ਹਾਂ ਸਾਡਾ ਸਮਾਂ ਹੋ ਗਿਆ ਇੱਥੇ ਆਇਆਂ ਨੂੰ ਕਿੰਨਾ ਸਮਾਂ ਹੋ ਗਿਆ 4 ਸਾਲ ਹੋ ਗਏ ਜੀ ਮੈਨੂੰ ਅੱਛਾ ਹਾਂਜੀ ਬਹੁਤ ਖੂਬ ਹਾਂਜੀ ਹਾਂਜੀ ਅਸੀਂ ਕਹਿੰਦੇ ਸਾਰੀ ਸੰਗਤ ਦੇ ਸਹਿਯੋਗ ਨਾਲ ਬਣ ਜੇ ਟਰੱਕ ਡਰਾਈਵਰ ਮੇਰੇ ਵੀਰ ਜਾਂਦੇ ਉਹਨਾਂ ਨੂੰ ਦਿੱਕਤ ਆਉਂਦੀ ਆ ਰਾਤ ਰਿਹਾ ਕਰਨ ਇਸ਼ਨਾਨ ਪਾਣੀ ਕਰਨ ਲੰਗਰ ਪਾਣੀ ਉੱਥੇ ਛਕਣ ਅਤੇ ਸਾਰੀ ਸੰਗਤ ਅੱਗੇ ਇਹੀ ਬੇਨਤੀ ਕਰਦੇ ਕੁਛ ਕਹਿਣਾ ਚਾਹੁੰਦੇ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਇੱਕ ਗੱਲ ਦੱਸਣੀ ਚਾਹਾਂਗਾ ਕਿ ਕੇਵਲ ਅਸੀਂ ਇਮਾਰਤ ਨਹੀਂ ਸੋਚ ਰਹੇ ਹੈਗੇ ਅਸੀਂ ਜਿਹੜੀ ਚੀਜ਼ ਸੋਚ ਰਹੇ ਹਾਂ ਉਹ ਇਹ ਹੈ ਕਿ ਜਿਹੜਾ ਯੂਥ ਆਉਂਦਾ ਹੈ ਉਹ ਜ਼ਿਆਦਾਤਰ ਜਦੋਂ ਪੀ ਆਰ ਸਕੂਲ ਦੀਆਂ ਨੇ ਅਤੇ ਰੀਜਨਲ ਏਰੀਏ ਵਾਲਾ ਆਉਂਦਾ ਹੈ ਸਾਡਾ ਇੱਕ ਰੀਜਨਲ ਏਰੀਆ ਹੈ ਜਿਹੜਾ ਕਿ ਮੈਲਬੋਰਨ ਤੋਂ ਤਕਰੀਬਨ 350 ਕਿਲੋਮੀਟਰ ਦੂਰ ਹੈ ਅਤੇ ਇੱਥੋਂ 1400 ਕਿਲੋਮੀਟਰ ਦੂਰ ਹੈ ਅਤੇ ਵਿਕਟੋਰੀਆ ਦੀ ਉਹ ਬਿਲਕੁਲ ਐਂਡ 'ਤੇ ਆ ਜਾਂਦਾ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਜੇ ਕੋਈ ਆਵੇ ਸਾਡੇ ਉੱਥੇ ਤਾਂ ਅਸੀਂ ਉਹਨੂੰ ਗੱਲ ਨਾ ਲਾ ਸਕੀਏ ਇਹ ਨਾ ਹੋਵੇ ਉਹ ਰੁਲੇ ਨਾ ਕਿਉਂਕਿ ਅਸੀਂ ਵੀ ਇਹਨਾਂ ਚੀਜ਼ਾਂ ਨੂੰ ਫੀਲ ਕੀਤਾ ਜਿਹੜੇ ਵੀਰ ਨਾਲ ਸਾਡੇ ਦੇਖ ਰਹੇ ਸਾਰੇ ਇਹਨਾਂ ਚੀਜ਼ਾਂ 'ਤੇ ਨਿਕਲੇ ਹੋਏ ਨੇ ਸੋ ਕਿਉਂਕਿ ਮੋਰ ਓਵਰ ਗੁਰਦੁਆਰਾ ਸਾਹਿਬ ਜਿਹੜੇ ਨੇ ਬਹੁਤ ਨੇ ਅਸੀਂ ਮੰਨਦੇ ਹਾਂ ਪਰ ਸਾਡਾ ਜਿਹੜਾ ਮੇਨ ਟਾਰਗੇਟ ਹੈ ਗੁਰਦੁਆਰਾ ਸਾਹਿਬ ਹੀ ਹੈ ਨਾਲ ਸਰਾਂ ਹੈ ਅਤੇ ਨਾਲ ਇਹ ਹੈ ਕਿ ਜਿਹੜਾ ਕੋਈ ਵੀਰ ਆਵੇ ਅਸੀਂ ਉਹਨੂੰ ਜੀ ਆਇਆ ਕਹਿ ਸਕੀਏ ਇਸ ਦੇਸ਼ ਦੇ ਅੰਦਰ ਆਪਣੇ ਉਸ ਸਵਾਇਨ ਹਿਲ ਦੇ ਅੰਦਰ ਇਹ ਸਵਾਇਨ ਹਿਲ ਇੱਕ ਰੀਜਨਲ ਏਰੀਆ ਹੈ ਅਤੇ ਇਹਦੇ ਅੰਦਰ ਸਿਰਫ ਅਤੇ ਸਿਰਫ 30 ਫੈਮਿਲੀਜ਼ ਨੇ ਬਾਕੀ ਸਾਰੇ ਸਟੂਡੈਂਟਸ ਨੇ 30 ਫੈਮਿਲੀ ਪਰਿਵਾਰ 30 ਪੰਜਾਬੀ ਪਰਿਵਾਰ ਹਾਂਜੀ ਹਾਂਜੀ ਇਸ ਵੇਲੇ 30 ਫੈਮਿਲੀਜ਼ ਨੇ ਅਤੇ ਤਕਰੀਬਨ ਸਾਰੇ ਹੀ ਕੰਟਰੀਬਿਊਟ ਕਰ ਰਹੇ ਨੇ ਅਸੀਂ 3 ਦਿਨ ਤੋਂ ਲਗਾਤਾਰ ਇੱਥੇ ਸੇਵਾ ਕਰ ਰਹੇ ਹਾਂ ਪਰ ਹੁਣ ਸਾਡੀ ਆਸ ਹੈ ਕਿ ਸੰਗਤ ਸਾਨੂੰ ਸਹਿਯੋਗ ਦੇਵੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਵੀ ਇਹ ਗੱਲ ਕਹਾਂਗੇ ਕਿ ਜਿੰਨੇ ਵੀ ਵੀਰ ਸੁਣ ਰਹੇ ਨੇ ਆਪਦੇ ਮਾਧਿਅਮ ਰਾਹੀਂ ਸਾਨੂੰ ਸਹਿਯੋਗ ਜ਼ਰੂਰ ਦਿਓ ਅਸੀਂ ਹਰੇਕ ਚੀਜ਼ ਦਾ ਹਿਸਾਬ ਚਾਹੇ ਉਹ ਕੋਈ ਵੀ ਚੀਜ਼ ਹੈ ਇੱਕ ਇੱਕ ਡਾਲਰ ਦਾ ਹਿਸਾਬ ਸੰਗਤ ਨੂੰ ਦੇ ਰਹੇ ਹਾਂ। ਬਿਲਕੁਲ ਠੀਕ ਬਹੁਤ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਫਤਿਹ ਜੀ ਅਸੀਂ ਜੀ ਮੈਂ ਇੱਕ ਵਾਰੀ ਫਿਰ ਦੁਹਰਾ ਦਿਆਂ ਆਸਟ੍ਰੇਲੀਆ ਦੇ ਵਿੱਚ ਬਲਗੁਲਗਾ ਖੇਤਰ ਆ 34ਵੀਆਂ ਸਿੱਖ ਖੇਡਾਂ ਜਿੱਥੇ ਹੋ ਰਹੀਆਂ ਸਮਾਪਤ ਹੋ ਗਈਆਂ ਅਸੀਂ ਉੱਥੇ ਪਹੁੰਚੇ ਹੋਏ ਹਾਂ ਬਹੁਤ ਸਾਰੇ ਸਾਥੀ ਆ ਜਿਹੜੇ ਉਹ ਚੱਲਦੀ ਵੀਡੀਓ ਦੇ ਅੱਧ ਵਿਚਾਲੇ ਦੇਖਦੇ ਹੁੰਦੇ ਆ ਫਿਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਭਾਈ ਅਸੀਂ ਕਿੱਥੇ ਹਾਂ ਆਸਟ੍ਰੇਲੀਆ ਦੇ ਵਿੱਚ ਹਾਂ ਸਿਡਨੀ ਤੋਂ 6.5 ਘੰਟੇ ਬਾਈ ਰੋਡ ਸੜਕੀ ਰਸਤੇ ਰਾਹੀਂ ਇੱਥੇ ਬਲਗੁਲਗਾ ਖੇਤਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਮਿਹਰਬਾਨੀ ਕਿਹੜਾ ਪ੍ਰੋਗਰਾਮ ਸਭ ਤੋਂ ਵੱਧ ਦੇਖਦੇ ਹੋ ਲਾਇਆ ਸੀਗਾ ਸਾਰੇ ਜਿੰਨੇ ਵੀ ਆਏ ਹੋਏ ਆਪਣੇ ਸੱਜਣ ਸੀਗੇ ਤੇ ਕੋਰੋਨਾ ਦੇ ਵਿੱਚ ਵੀ ਇਹਨਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਘਰਾਂ ਦੇ ਵਿੱਚ ਗਰੋਸਰੀ ਪਹੁੰਚਾਈ ਹੈ ਤੇ ਜਿਨ੍ਹਾਂ ਨੂੰ ਜਿੱਦਾਂ ਦੀ ਵੀ ਲੋੜ ਸੀਗੀ ਕਿਸੇ ਨੂੰ ਮੈਡੀਕਲ ਲੋੜ ਸੀਗੀ ਕੱਪੜੇ ਦੀ ਲੋੜ ਸੀਗੀ ਸੋ ਡਰਬਨ ਫੋਰ ਆਸਟ੍ਰੇਲੀਆ ਦਾ ਵੀ ਧੰਨਵਾਦ ਹੈ ਜੋ ਕਿ ਉਹਨਾਂ ਨੇ ਪੂਰਾ ਆਪਣੇ ਤਨ ਮਨ ਧਨ ਦੇ ਨਾਲ ਕੋਰੋਨਾ ਦੇ ਵਿੱਚ ਪੰਜਾਬੀ ਕਮਿਊਨਿਟੀ ਦਾ ਆਪਾਂ ਲੰਗਰ ਵੱਲ ਚੱਲਦੇ ਹਾਂ ਚੱਲਦੇ ਜੀ ਚੱਲਦੇ ਛੱਕਦੇ ਵੀ ਹਾਂ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਬਾਈ ਜੀ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਠੀਕ ਠਾਕ ਇਹ ਮੇਲੇ ਵਿਸਾਖੀ ਦੇ ਮੌਕੇ ਅਸੀਂ ਦੇਖਦੇ ਰਹੇ ਨਿੱਕੇ ਹੁੰਦੇ ਬਾਪੂ ਦੇ ਘੜੇੜੇ ਚੜ੍ਹ ਕੇ ਦੇਖਦੇ ਹੁੰਦੇ ਸੀ ਪਰ ਇੱਥੇ ਆ ਕੇ ਇਉਂ ਲੱਗਾ ਵੀ ਜਿਵੇਂ ਸੱਚੀ ਮੁੱਚੀ ਵਿਸਾਖੀ ਦੇ ਮੇਲੇ ਮੁੜ ਕੇ ਆ ਗਏ ਆ ਇਹ ਵੱਖ ਵੱਖ ਦੇਸ਼ਾਂ ਦੇ ਵਿੱਚ ਜਿੱਥੇ ਪੰਜਾਬੀ ਪਿਆਰੇ ਵੱਸਦੇ ਆ ਉੱਥੇ ਜਾ ਕੇ ਇਹ ਮੇਲੇ ਲਾਉਂਦੇ ਅਤੇ ਇਹਨਾਂ ਦੇ ਉੱਤੇ ਮਾਣ ਆ ਇਹਨਾਂ ਦਾ ਬਹੁਤ ਸਾਡੇ ਪ੍ਰਤੀ ਸਾਡੇ ਮਨਾਂ ਦੇ ਵਿੱਚ ਇਹਨਾਂ ਦੇ ਪ੍ਰਤੀ ਬਹੁਤ ਸਾਰਾ ਸਤਿਕਾਰ ਆ ਸੋ ਬਹੁਤ ਬਹੁਤ ਧੰਨਵਾਦ ਜੀ ਕੀ ਹਾਲ ਬਾਈ ਜੀ ਠੀਕ ਠਾਕ ਸੋ ਦੂਜੀ ਗੱਲ ਕਮਾਲ ਦੀ ਇਹ ਹੈ ਕਿ 1968 ਦੇ ਵਿੱਚ ਪਹਿਲਾਂ ਗੁਰਦੁਆਰਾ ਸਾਹਿਬ ਬਲਗੁਲਗੇ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਸਥਾਪਿਤ ਹੋ ਗਿਆ ਸੀਗਾ ਸੋ 1968 ਦੇ ਵਿੱਚ ਤੁਸੀਂ ਲਾ ਸਕਦੇ ਹੋ ਹਿਸਾਬ ਕਿ ਫਿਰ 2019 ਦੇ ਵਿੱਚ ਉਹਦਾ ਨਵੀਨੀਕਰਨ ਹੋਇਆ ਇਮਾਰਤ ਦਾ ਨਵੀਨੀਕਰਨ ਬਿਲਕੁਲ ਅਸੀਂ ਜਾ ਕੇ ਆਏ ਹਾਂ ਉੱਥੇ ਪ੍ਰੋਗਰਾਮ ਕੀਤਾ ਅਤੇ ਜਿੱਥੇ ਪੁਰਾਣੀ ਇਮਾਰਤ ਸੀ ਉਸ ਥਾਂ ਦੇ ਉੱਤੇ ਕਲਾਸਿਸ ਚੱਲਦੀਆਂ ਹੁਣ ਜੀ ਜੀ ਸਾਡਾ ਬਹੁਤ ਬੜਾ ਪ੍ਰੋਗਰਾਮ ਹੁੰਦਾ ਹੈ ਨਿਊਜ਼ ਨਿਊਜ਼ ਨਹੀਂ ਲੱਗਦੀ ਉਹ ਇਸ ਤਰ੍ਹਾਂ ਲੱਗਦਾ ਕਿ ਅਸੀਂ ਬਹੁਤ ਵਧੀਆ ਮਤਲਬ ਇੰਜੋਏ ਕਰ ਰਹੇ ਹਾਂ ਬਹੁਤ ਮਿਹਰਬਾਨੀ ਮਿਹਰਬਾਨੀ ਕਿੰਨੀ ਦੇਰ ਤੋਂ ਦੇਖਦੇ ਹੋ ਚੱਜ ਦਾ ਵਿਚਾਰ ਜੀ ਚੱਜ ਦਾ ਵਿਚਾਰ ਅਸੀਂ ਮੈਨੂੰ ਲੱਗਦਾ 3-4 ਸਾਲ ਹੋ ਗਏ 3-4 ਸਾਲ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਬਹੁਤ ਸ਼ੁਕਰੀਆ ਅਸੀਂ ਮੈਸੇਜ ਨਹੀਂ ਕਰਦੇ ਬਹੁਤ ਮਿਹਰਬਾਨੀ ਹਾਂਜੀ ਤੁਸੀਂ ਕਿਹੜੀ ਜਗ੍ਹਾ ਤੋਂ ਪਿਛੋਕੜ ਕਿਹੜੀ ਜਗ੍ਹਾ ਦਾ ਅਸੀਂ ਮੁੱਲਾਪੁਰ ਦਾਖਾ ਮੁੱਲਾਪੁਰ ਦਾਖਾ ਮਨਪ੍ਰੀਤ ਇਹ ਵਾਲੀ ਵਾਲਾ ਇਲਾਕਾ ਹਾਂਜੀ ਠੀਕ ਹੈ ਮੈਂ ਨਾਰੰਗਵਾਲ ਨੇਮ ਨਾਰਮਲ ਗੁਜਰਵਾਲ ਤੋਂ ਠੀਕ ਹੈ ਠੀਕ ਹੈ ਜੀ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵੱਡੇ ਫੈਨ ਆ ਬਹੁਤ ਮਿਹਰਬਾਨੀ ਮਿਹਰਬਾਨੀ ਹਾਂਜੀ ਹਰ ਅਸੀਂ ਹਰ ਹੋਰ ਸਾਡਾ ਚੱਜ ਦਾ ਪ੍ਰੋਗਰਾਮ ਦਾ ਵੇਟ ਹੀ ਕਰਦੇ ਰਹਿੰਦੇ ਆ ਬਹੁਤ ਮਿਹਰਬਾਨੀ ਮੈਂ ਤੋਂ ਬੰਡਾ ਵਰਗ ਜੌਬ ਕਰਨ ਜਾਣੀ ਹੈ ਤੇ 4 ਘੰਟੇ ਮੈਂ ਤੁਹਾਡਾ ਹੀ ਪ੍ਰੋਗਰਾਮ ਸੁਣਦੀ ਜਾਣੀ ਹੈ 2 ਵਜੇ ਲਾ ਲੈਣੀ ਆ ਆਉਂਦੀ ਵੀ ਸੁਣਦੀ ਹੋਣੀ ਹੈ 4 ਘੰਟੇ ਹਾਂਜੀ
ਹਰਮਨ ਜੀ ਨੂੰ ਉਹ ਕਰਦੇ ਅਪਰੀਸ਼ੀਏਟ ਕਰਦੇ ਪੰਜਾਬੀ ਜੀ ਖੁਦ ਨੂੰ ਅਨਰਜੀ ਮਿਲਦੀ ਹੈ ਤਾਂ ਕਿ ਸਾਨੂੰ ਵੀ ਨਵੇਂ ਵਰਡਸ ਪਤਾ ਲੱਗਦੇ ਰਹਿਣ ਜਦ ਮੈਂ 2 ਵਜੇ ਉੱਠ ਕੇ ਆਪਣੀ ਜੌਬ ਤੇ ਆਉਣਾ ਤੇ 4 ਘੰਟੇ ਦੀ ਡਰਾਈਵ ਕਰਕੇ ਤੇ ਮੈਂ ਤੁਹਾਡਾ ਪ੍ਰੋਗਰਾਮ ਤਾਂ ਲਉਣੀ ਮੇਰੇ ਨੀਂਦ ਨਾ ਆਵੇ ਰਾਹ ਚ ਇਹ ਜੀ ਕੋਈ ਸਾਥੀ ਇਹ ਨਾ ਕਵੇ ਵੀ ਭਾਈ ਪੰਜਾਬ ਦੇ ਵਿੱਚ ਤਾਂ ਇੰਨੀ ਗਰਮੀ ਪੈਂਦੀ ਤੇ ਜੈਕਟ ਪਾਈ ਫਿਰਦਾ ਮਾੜਾ ਢੱਗਾ ਛੱਤੀ ਰੋਗ ਮੈਂ ਪਹਿਲਾਂ ਹੀ ਪ੍ਰਬੰਧ ਕਰਕੇ ਰੱਖਿਆ ਮੈਂ ਮੋਟੀ ਪਾਈ ਤਾਂ ਲਿਉਂਦੀ ਹਾਂ ਆ ਦੇਖੋ ਮੇਰੇ ਨਾਲ ਦੇ ਨੇ ਇਹ ਭਾਈ ਨੇ ਸਾਨੂੰ ਕਾਹੀ ਤਾਂ ਪਾਈਆਂ ਹੋ ਨਹੀਂ ਪਹਿਲਾਂ ਅੰਦਰ ਠੰਡ ਹੀ ਬੜੀ ਹਾਂ ਇੱਥੇ ਕਦੇ ਮੀਂਹ ਪੈਣ ਲੱਗ ਜਾਂਦਾ ਕਦੇ ਹਵਾ ਚੱਲਦੀ ਹੈ ਕਦੇ ਤਿੱਖੜ ਦੁਪਹਿਰਾ ਹੋ ਜਾਂਦਾ ਹਾਂਜੀ ਮਤਲਬ ਇਹਦਾ ਦੇਖੋ ਇਹ ਪੰਜਾਬੀ ਪਿਆਰੇ ਸਾਡੇ ਵੀਰ ਆ ਜਿਹੜੇ ਇਹਨਾਂ ਨੂੰ ਜਿਹੜੇ ਅਸੀਂ 2-2 ਸਾਲ ਪਹਿਲਾਂ ਦੇ ਚੱਜ ਦੇ ਵਿਚਾਰ ਕੀਤੇ 2.5 ਸਾਲ ਹੋ ਗਏ ਉਹਨੂੰ ਇਹਨਾਂ ਨੂੰ ਹਾਲੇ ਤੱਕ ਉਹ ਗੱਲਾਂ ਚੇਤੇ ਆ ਕਈ ਵਾਰੀ ਆਪਦੇ ਚੇਤੇ 'ਚੋਂ ਨਿਕਲ ਜਾਂਦੀਆਂ ਵੀ ਉਹਨਾਂ ਨੇ ਕੀ ਕਿਹਾ ਸੀ ਅਸੀਂ ਮੌਕੇ 'ਤੇ ਕੀ ਕਿਹਾ ਕਿਉਂਕਿ ਸਾਡਾ ਹਰ ਰੋਜ਼ ਦਾ ਕੰਮ ਹੋਣ ਕਰਕੇ ਤੁਹਾਡਾ ਦਿਲੀ ਸ਼ੁਕਰੀਆ ਵੀ ਤੁਸੀਂ ਇੰਨਾ ਪਿਆਰ ਸਤਿਕਾਰ ਦਿੰਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਜੀ ਆ ਜਾਓ ਜੀ ਆ ਜਾਓ ਪ੍ਰੋਗਰਾਮ ਬਾਈ ਜੀ ਕਿੰਨੇ ਸਮੇਂ ਤੋਂ ਵੇਖਦੇ ਹੋ ਚੱਜ ਦਾ ਵਿਚਾਰ ਅਸੀਂ ਉਰੇ ਆ ਕੇ ਵੀ ਮਤਲਬ ਛੱਡਿਆ ਨਹੀਂ ਹੈਗਾ ਜੀ ਮੈਂ ਸਟੂਡੈਂਟ ਆਈ ਅਸੀਂ ਅਜੇ ਮਤਲਬ ਸਾਡੇ ਕੋਲ ਪਹਿਲਾਂ ਜਿਵੇਂ ਤੁਹਾਨੂੰ ਪਤਾ ਰੈਂਟ 'ਤੇ ਰਹਿੰਦੇ ਹਾਂ ਟੀ ਵੀ ਵਗੈਰਾ ਦਾ ਪ੍ਰਬੰਧ ਤੁਹਾਡਾ ਸ਼ੁਭ ਨਾਮ ਗੁਣਤਿੰਦਰ ਸਿੰਘ ਅਤੇ ਕਿੰਨਾ ਸਮਾਂ ਹੋ ਗਿਆ ਆਇਆਂ ਨੂੰ ਸਾਨੂੰ 2.5 ਸਾਲ ਹੋ ਗਏ ਹਾਂਜੀ ਅਤੇ ਫਿਰ ਅਸੀਂ ਫੋਨਾਂ 'ਤੇ ਦੇਖਦੇ ਹਾਂ ਜੀ ਹੁਣ ਡੇਲੀ ਕਿਹੜੀ ਇੰਟਰਵਿਊ ਕਿਹੜਾ ਪ੍ਰੋਗਰਾਮ ਸਭ ਤੋਂ ਵੱਧ ਚੇਤੇ ਦੇ ਵਿੱਚ ਵਸਿਆ ਹੋਇਆ ਇੱਕ ਚਰਨ ਲਖਾਰੀ ਦੀ ਇੰਟਰਵਿਊ ਤੁਸੀਂ ਕਰੀ ਚਰਨ ਲਖਾਰੀ ਵਾਲੀ ਉਹਨਾਂ ਦੀਆਂ ਬਸ ਜਿਹੜਾ ਨੀਵੀਂ ਨਹੀਂ ਚੱਕੀ ਸੀ ਮੈਂ ਕਿਹਾ ਸੀ ਮੈਂ ਜੇਠ ਲੱਗਦਾ ਹਾਂਜੀ ਹਾਂ ਹਾਂਜੀ ਹਾਂ ਉਹ ਇੱਕ ਹੋਰ ਵੀ ਬਹੁਤ ਸਾਰੀਆਂ ਨੇ ਜੀ ਡੇਲੀ ਦੇਖਦੇ ਜੀ ਸ਼ਾਮ ਨੂੰ ਕੰਮ ਤੋਂ ਜਾ ਕੇ ਜੀ ਤੁਹਾਡਾ ਪ੍ਰੋਗਰਾਮ ਦੇਖ ਕੇ ਸੋਹਣਾ ਬਹੁਤ ਮਿਹਰਬਾਨੀ ਬਹੁਤ ਫਿਰ ਥਕਾਵਟ ਦੂਰ ਹੋ ਜਾਂਦੀ ਧੰਨਵਾਦ ਬਹੁਤ ਸ਼ੁਕਰੀਆ ਓਕੇ ਧੰਨਵਾਦ ਆ ਜਾ ਵੀਰ ਆ ਜਾ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਜਿਹੜੇ ਵੀ ਸਾਡੇ ਚੱਜ ਦੇ ਵਿਚਾਰ ਦੇ ਜਾਂ ਪ੍ਰਾਈਮ ਏਸ਼ੀਆ ਟੀ ਵੀ ਦੇ ਸੂਝਵਾਨ ਦਰਸ਼ਕ ਸਰੋਤੇ ਆ ਅਸੀਂ ਤੁਹਾਡਾ ਧੰਨਵਾਦ ਇਸ ਕਰਕੇ ਵੀ ਬਹੁਤ ਜ਼ਿਆਦਾ ਕਰਦੇ ਹਾਂ ਕਿਉਂਕਿ ਅਸੀਂ ਕਈ ਵਾਰੀ ਇਹ ਸੋਚਣ ਲੱਗ ਜਾਂਦੇ ਹਾਂ ਵੀ ਭਾਈ ਹੁਣ ਪੰਜਾਬੀ ਪਿਆਰੇ ਆ ਜਿਹੜੇ ਉਹ ਪਹਿਲਾਂ ਗੌਰ ਨਹੀਂ ਕਰਦੇ ਪੰਜਾਬੀ ਪਿਆਰਿਆਂ ਨੂੰ ਬਹੁਤ ਕੁਝ ਹੋਰ ਦੇਖਣ ਨੂੰ ਮਿਲ ਰਿਹਾ ਉਹਨਾਂ ਨੂੰ ਖਬਰਾਂ ਦੇ ਲਈ ਮਸ ਨਹੀਂ ਰਹਿ ਗਈ ਇੰਟਰਵਿਊਜ਼ ਨੂੰ ਕੌਣ ਸੁਣਦਾ ਇਹ ਜਿੰਨੇ ਪੰਜਾਬੀ ਪਿਆਰੇ ਆ ਮੇਰਾ ਖਿਆਲ ਆ ਵੀ ਇੱਕ ਵੀ ਇਹੋ ਜਿਹਾ ਸੱਜਣ ਭੈਣ ਵੀਰ ਨਹੀਂ ਹੋਣਾ ਜਿਹਨੇ ਨਹੀਂ ਪ੍ਰੋਗਰਾਮ ਦੇਖਿਆ ਹੋਊਗਾ ਜੀ ਸਾਰੇ ਪ੍ਰੋਗਰਾਮ ਦੇਖੇ ਆ ਤੁਹਾਡੇ ਚੱਜ ਦਾ ਵਿਚਾਰ ਆ ਉਹ ਤਾਂ ਸਾਡਾ ਫੇਵਰਟ ਆ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਸ਼ੁਕਰੀਆ ਥੈਂਕ ਯੂ ਹੋਰ ਮਾਤਾ ਜੀ ਠੀਕ ਠਾਕ ਹੋ ਚੜ੍ਹਦੀ ਕਲਾ 'ਚੋਂ ਬਹੁਤ ਵਧੀਆ ਮੈਸੇਜ ਪਹੁੰਚਾਉਂਦੇ ਤੁਸੀਂ ਕਮਿਊਨਿਟੀ ਨੂੰ ਏਦਾਂ ਹੀ ਸੇਵਾ ਕਰਦੇ ਰਹੋ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਆਪਾਂ ਮਿਲੇ ਸੀ ਕੱਲ ਹਾਂਜੀ ਹਾਂਜੀ ਮਿਲੇ ਮੇਰੇ ਹੁਣ ਚੇਤੇ ਆ ਗਿਆ ਬਹੁਤ ਧੰਨਵਾਦ ਸ਼ੁਕਰੀਆ ਸ਼ੁਕਰੀਆ ਮਾਤਾ ਜੀ ਵੰਡਰਫੁਲ ਜੌਬ ਤੁਸੀਂ ਵਾਹ ਵਾਹ ਕੀ ਬਾਤ ਹੈ ਇਹਦਾ ਪੂਰਾ ਪੰਜਾਬੀ ਪਹਿਰਾਵਾ ਹੈ ਜੀ ਬਾਈ ਜੀ ਇਹ ਸਾਡਾ ਮੇਰਾ ਨਾਮ ਸੁਰਜੀਤ ਸੰਧੂ ਹਾਂ ਬ੍ਰਿਸਬੇਨ ਤੋਂ ਤੇ ਜਿੱਥੇ ਵੀ ਕੋਈ ਸੱਭਿਆਚਾਰਕ ਮੇਲਾ ਜਾਂ ਕੋਈ ਵੱਡਾ ਈਵੈਂਟ ਹੋਵੇ ਤੇ ਉਸ ਥਾਂ ਦੇ ਤੇ ਤੁਸੀਂ ਇਦਾਂ ਹੀ ਬਣ ਕੇ ਜਾਂਦੇ ਹੋ ਕੋਸ਼ਿਸ਼ ਕਰੀਦੀ ਹੈ ਇਦਾਂ ਹੀ ਬਣ ਕੇ ਜਾਈਏ ਸਾਡਾ ਪੰਜਾਬੀ ਇਹ ਵਿਰਸਾ ਸਾਡਾ ਕੈਂਕੇ ਵਾਲਾ ਭਾਈ ਜਰਾ ਕੀ ਲੱਗਦਾ ਹਾਂਜੀ ਤੇ ਇਹ ਸਾਡਾ ਪਹਿਰਾਵਾ ਤੇ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਇਹ ਚੀਜ਼ ਚੰਗੀ ਲੱਗਦੀ ਦੇਖਣ ਨੂੰ ਵੀ ਬੱਚਿਆਂ 'ਚ ਵੀ ਉਤਸ਼ਾਹ ਪੈਦਾ ਹੁੰਦਾ ਵੀ ਅਸੀਂ ਵੀ ਇਹੋ ਜਿਹੇ ਪੈਂਟ ਸ਼ਰਟ ਤੋਂ ਅੱਕ ਜਾਂਦੇ ਹਾਂ ਇਹ ਮੇਲੇ ਜਿਹੜੇ ਆ ਸਾਡੇ ਸਾਡੀ ਧਰਤੀ ਨਾਲ ਸਾਡੇ ਜੜ੍ਹਾਂ ਨਾਲ ਜੁੜੇ ਹੋਏ ਆ ਇਹ ਸਾਨੂੰ ਆਪਦੇ ਪਹਿਰਾਵੇ 'ਚ ਹੀ ਦੇਖਣੇ ਚੰਗੇ ਲੱਗਦੇ ਹਾਂਜੀ ਬਹੁਤ ਖੂਬ ਤੇ ਕਿੰਨਾ ਸਾਲ ਹੋ ਗਏ ਇੱਥੇ ਆਇਆਂ ਨੂੰ ਸਾਨੂੰ 14 ਸਾਲ ਹੋ ਗਏ ਜੀ ਅੱਛਾ ਹਾਂਜੀ ਅਸੀਂ ਬਹੁਤ ਆ ਮੈਨੂੰ ਪ੍ਰੋਗਰਾਮ ਦੇਖੀ ਦਾ ਜਿਹੜੀ ਗੱਲ ਮੈਨੂੰ ਹੋਰ ਹੀ ਪਤਾ ਲੱਗੀ ਆ ਹਾਂਜੀ ਕਹਿੰਦੇ ਇੱਥੇ ਹਰਮਨ ਜੀ ਕਿੱਥੇ ਆ ਹਰਮਨ ਉਹ ਮੈਲਬੋਰਨ ਚਲ ਗਏ ਹਰਮਨ ਦੀ ਮੰਮੀ ਆ ਮੈਂ ਠੀਕ ਹੈ ਠੀਕ ਹੈ ਜੀ ਅਸਲ ਦੇ ਵਿੱਚ ਮਾਤਾ ਜੀ ਭੁਲੇਖਾ ਖਾ ਗਏ ਵੀ ਇਹ ਹਰਮਨ ਸਿੰਘ ਨੇ ਹਾਂ ਤੇ ਫਿਰ ਮੈਂ ਵੀ ਖਾ ਗਿਆ ਮੈਂ ਕਿਹਾ ਹੋ ਸਕਦਾ ਸਾਡੇ ਨਾਲ ਝਕਾਨੀ ਕਰਕੇ ਹੁਣ ਉਹ ਇਹ ਅਮਰਜੀਤ ਘੋਲੀਆ ਪੰਜਾਬੀ ਦੇ ਬੜੇ ਵਧੀਆ ਗੀਤਕਾਰ ਆ ਜਿਨ੍ਹਾਂ ਦੇ ਬਹੁਤ ਸਾਰੇ ਗੀਤ ਆ ਜਿਹੜੇ ਸੁਖਵਿੰਦਰ ਸੁੱਖੀ ਭਾਅ ਜੀ ਨੇ ਗਾਏ ਆ ਇਹ ਉਹਨਾਂ ਦੇ ਸਤਿਕਾਰਯੋਗ ਭੈਣ ਜੀ ਨੇ ਮੈਂ ਸਹੀ ਕਹਿ ਰਿਹਾ ਜੀ ਹਾਂਜੀ ਹਾਂਜੀ
ਦੋਵੇਂ ਕਲਾ ਦੇ ਨਾਲ ਭਰੇ ਹੋਏ ਆ। ਹਾਂਜੀ, ਸਾਡੀ ਆਸਟ੍ਰੇਲੀਆ ਦੇ ਵਿੱਚ ਮੇਰੀ ਪਹਿਲੀ ਬਾਲ ਸਾਹਿਤ ਪੁਸਤਕ ਆਈ ਸੀਗੀ ਨਿੱਕੇ ਨਿੱਕੇ ਤਾਰੇ, ਅਤੇ ਉਸ ਤੋਂ ਬਾਅਦ ਹਰਜੀਤ ਨੇ ਇੱਕ ਪਹਿਲਕਦਮੀ ਕੀਤੀ ਆ, ਵੱਡੇ ਵੱਡੇ ਸੁਪਨੇ ਬਾਲ ਸਾਹਿਤ 'ਤੇ ਅਸੀਂ ਕੰਮ ਕਰ ਰਹੇ ਦੋਨੇ ਹਸਬੈਂਡ ਬਹੁਤ ਵਾਈਫ। ਹਾਂਜੀ, ਅਤੇ ਇਹ ਸਾਡੇ ਬਾਈ ਜੀ ਨਿਊਜ਼ੀਲੈਂਡ ਤੋਂ ਸਪੈਸ਼ਲ ਆਏ ਆ। ਹਾਂਜੀ, ਸ਼ਰਾਰਤ ਕਿੰਨੀ ਕਰਦੇ ਹੋ? ਪ੍ਰੋਗਰਾਮ ਦੇਖਦੇ ਹੋ? ਕਿਹੜਾ ਕਿਹੜਾ? ਨਾਂ ਵੀ ਦੱਸ ਦੇ। ਆਜੋ ਇਹ ਜੀ, ਸਿੰਗਾਪੁਰ ਤੋਂ ਸਾਰਾ ਜਿਹੜਾ ਪਰਿਵਾਰ ਆਇਆ ਹੋਇਆ ਸਿਰਫ ਅਤੇ ਸਿਰਫ ਸਿੱਖ ਖੇਡਾਂ ਵੇਖਣ ਦੇ ਲਈ। 34ਵੀਆਂ ਸਿੱਖ ਖੇਡਾਂ ਵਲਗੂਲਗਾ ਖੇਤਰ ਦੇ ਵਿੱਚ ਜਿੱਥੇ ਅਸੀਂ ਪਹੁੰਚੇ ਹੋਏ ਹਾਂ। ਇਹ ਪਰਿਵਾਰ ਸਿੰਗਾਪੁਰ ਤੋਂ ਆ, ਇਹ ਬਾਈ ਜੀ ਸਿੰਗਾਪੁਰ ਤੋਂ ਆ, ਸਾਰੇ ਸਿੰਗਾਪੁਰ ਤੋਂ ਆਏ ਹੋਏ ਆ। ਹੁਣ ਅਗਲੀ ਵਾਰ ਇਹ ਸਾਨੂੰ ਸਿੰਗਾਪੁਰ ਬੁਲਾਉਣਗੇ ਜੀ। ਹਾਂਜੀ, ਆਜੋ। ਸਾਡੀ ਟੀਮ ਹੈਗੀ ਐਕਚੁਅਲੀ। ਅੱਛਾ, ਅਸੀਂ ਹਮੇਸ਼ਾ ਕਲਾਨੇ ਬਿਕੋਜ਼ ਆਫ ਕੋਵਿਡ, ਅਸੀਂ ਐਰ ਕਿ ਨਹੀਂ ਕਲਾਈ। ਅੱਛਾ, ਯਾ ਅਸੀਂ ਸਿੰਗਾਪੁਰ ਖਾਲਸਾ ਐਸੋਸੀਏਸ਼ਨ ਦਾ ਇਹ ਵੱਡਾ ਉਸ ਦਾ ਪ੍ਰੈਜ਼ੀਡੈਂਟ ਹੈ। ਅੱਛਾ, ਐਰ ਕਿ ਕੋਵਿਡ ਦਾ ਕਰਕੇ ਬਹੁਤ ਜਿਹੜੇ ਕੋਲ ਟੀਮਾਂ ਸਾਡੇ ਕੋਲ ਭੇਜੀਆਂ ਨਹੀਂ ਗਈਆਂ, ਜਿੱਥੇ ਤਾਂ ਮੈਨੂੰ ਪਤਾ ਮਲੇਸ਼ੀਆ ਸਿੰਗਾਪੁਰ ਸਭ ਟੀਮ ਭੇਜਦੇ ਆ। ਐਤ ਕਿ ਅਸੀਂ ਸਪੈਕਟੇਟਰ ਬਣ ਕੇ ਖੁਦ ਅਸੀਂ ਆਪ ਆਏ ਹਾਂ। ਬਹੁਤ ਚੰਗਾ, ਬਹੁਤ ਮਿਹਰਬਾਨੀ। ਥੈਂਕ ਯੂ, ਥੈਂਕ ਯੂ। ਚੰਗਾ ਜੀ, ਬਾਈ ਜੀ ਇਹਦੇ ਬਾਰੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇੱਥੇ ਜੀ ਵੱਖ ਵੱਖ ਸਟਾਲਾਂ ਲੱਗੀਆਂ ਹੋਈਆਂ, ਜਿਵੇਂ ਕਿ ਅਸੀਂ ਵੱਖ ਵੱਖ ਥਾਵਾਂ ਦੇ ਉੱਤੇ ਦੇਖਦੇ ਮੇਲਿਆਂ ਦੇ ਵਿੱਚ, ਕੋਈ ਪਾਣੀ ਵਰਤਾਉਣ ਦੇ ਲਈ, ਕੋਈ ਹੋਰ ਫਸਟ ਏਡ ਕਿੱਟ ਦੇ ਲਈ, ਅਤੇ ਇੱਥੇ ਇਹ ਹੈਗੇ ਜੀ ਟਰਬਨਸ ਆਸਟ੍ਰੇਲੀਆ। ਬਾਈ ਜੀ ਇਹਦੀ ਕੀ ਅਹਿਮੀਅਤ ਆ, ਤੁਸੀਂ ਕੀ ਇੱਥੇ ਸੇਵਾਵਾਂ ਪ੍ਰਦਾਨ ਕਰਦੇ ਹੋ ਜੀ? ਭਾਈ ਸਤਿ ਸ਼੍ਰੀ ਅਕਾਲ ਪਹਿਲੇ ਸਭ ਨੂੰ। ਪਰ ਇਹ ਕੋਵਿਡ ਦੇ ਟਾਈਮ ਦੇ ਉੱਤੇ ਅਮਰ ਭਾਅ ਜੀ ਹੈਗੇ ਨੇ ਸਾਡੇ, ਜਿਨ੍ਹਾਂ ਨੇ ਸਿਡਨੀ ਬੇਸਡ ਹੈਗੇ ਨੇ, ਅਤੇ ਇਹਨਾਂ ਨੇ ਲੰਗਰ ਦਾ ਉੱਥੇ ਵਰਤਾਰਾ ਕੀਤਾ ਸੀਗਾ, ਸੈਨੀਟਾਈਜ਼ਰ। ਹੁਣ ਇਸ ਵਕਤ ਲਿਸਮੋਰ ਦੇ ਅੰਦਰ ਸਾਡਾ ਕੈਂਪ ਲੱਗਿਆ ਹੋਇਆ, ਜਿੱਥੇ ਹੁਣ ਬੜੇ ਤਗੜੇ ਫਲੱਡਸ ਆਏ ਸਨ, ਅਤੇ ਉੱਥੇ ਅਸੀਂ ਖਾਣ ਪੀਣ ਵਾਸਤੇ ਸੈਨੇਟਰੀ, ਬਾਕੀ ਸਾਰੀ ਚੀਜ਼ਾਂ ਚੋੜੀ ਸਹੂਲਤ ਸੀਗੀਆਂ, ਉਹ ਸਾਰੀ ਪਹੁੰਚਾਈਆਂ ਸੀਗੀਆਂ। ਅਤੇ ਅਮਰ ਭਾਅ ਜੀ ਹੈਗੇ ਨੇ ਅਤੇ ਵੀਰ ਜੀ ਹੈਗੇ ਨੇ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟਰਬਨ ਫੋਰ ਆਸਟ੍ਰੇਲੀਆ ਜਿਹੜੀ ਸਾਡੀ ਔਰਗਨਾਈਜੇਸ਼ਨ ਹੈਗੀ ਹੈ, ਬੇਸਿਕ ਸਾਡਾ ਮੇਨ ਇਹੀ ਹੈਗਾ ਵੀ ਸਿੱਖਾਂ ਨੂੰ ਆਪਾਂ ਅੱਗੇ ਲੈ ਕੇ ਜਾਈਏ, ਸਿੱਖੀ ਪ੍ਰਮੋਟ ਕਰੀਏ। ਅਤੇ ਟਰਬਨ ਵਾਲੇ ਜਦੋਂ ਪਗੜੀਆਂ ਵਾਲੇ ਦਿਖਦੇ ਆ ਸੇਵਾ ਕਰਦੇ, ਅਤੇ ਗੋਰੇ ਜਿਹੜੇ ਹੈ, ਗੋਰਿਆਂ ਦੇ ਵਿੱਚ ਸਾਡਾ ਕਾਫੀ ਨਾਂ ਜਾ ਚੁੱਕਿਆ। ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਅਸੀਂ ਫਲੱਡ ਜਦੋਂ ਬੁਸ਼ ਫਾਇਰ ਹੋਈ ਸੀ, ਉਦੋਂ ਆਪਾਂ ਉੱਥੇ ਗਰੋਸਰੀਜ਼ ਲੈ ਕੇ ਗਏ ਸੀ ਟਰੱਕ ਭਰ ਕੇ, ਜਦੋਂ ਉੱਥੇ ਫਲੱਡ ਆਇਆ। ਫਲੱਡ ਦੇ ਵਿੱਚ ਆਪਾਂ ਕੋਵਿਡ ਦੇ ਵਿੱਚ ਆਪਣਾ ਸਾਡਾ ਉੱਥੇ ਇੱਕ ਸੈਂਟਰ ਬਣਿਆ ਹੋਇਆ ਕਲਾਈਡ ਦੇ ਵਿੱਚ, ਪੈਰਾਮਾਟਾ ਦੇ ਵਿੱਚ, ਜਿੱਥੋਂ ਆਪਾਂ ਫ੍ਰੀ ਗਰੋਸਰੀਜ਼ ਜਿਹੜੀ ਹੈ ਉਹ ਵੰਡਦੇ ਹਾਂ। ਅਤੇ ਉੱਥੇ ਕੀ ਹੁੰਦਾ, ਗੋਰੇ ਜਿਹੜੇ ਆਮ ਜਿਹੜੇ ਸਿੱਖ ਲੋਕ ਨੇ, ਨੋਨ ਸਿੱਖ ਹਨ, ਉਹਨਾਂ ਦੇ ਵਿੱਚ ਜਦੋਂ ਉਹ ਪਗੜੀਆਂ ਵਾਲੇ ਦੇਖਦੇ ਆ, ਉਹਨਾਂ ਦੇ ਵਿੱਚ ਨਾਮ ਜਾਂਦਾ ਸਿੱਖਾਂ ਦਾ ਵਿੱਚ। ਅਤੇ ਸਾਡਾ ਮੇਨ ਮਕਸਦ ਇਹੀ ਹੈ ਕਿ ਸਿੱਖਾਂ ਦਾ ਨਾਮ ਜਿਹੜਾ ਪ੍ਰਮੋਟ ਕੀਤਾ ਜਾਵੇ, ਤਾਂ ਵੀ ਕਈਆਂ ਨੂੰ ਗੋਰਿਆਂ ਨੂੰ ਇਹ ਹੈਗਾ ਵੀ ਸਿੱਖ ਜਿਹੜੇ ਹੈਗੇ ਆ ਉਹ ਉਹਨਾਂ ਨੂੰ ਕੁਛ ਹੋਰ ਸਮਝਦੇ ਆ, ਇਸ ਕਰਕੇ ਆਪਾਂ ਚੰਗਾ ਨਾਮ ਪ੍ਰਮੋਟ ਕਰਨ ਦਾ ਜਿਹੜਾ ਸਾਡਾ ਇਹ ਮੇਨ ਮਕਸਦ ਹੈ ਹੋਈ ਹੈ। ਅਤੇ ਸਾਡੇ ਪ੍ਰਧਾਨ ਸਾਹਿਬ ਅਮਰ ਸਿੰਘ ਜੀ ਇਹ ਸਭ ਤੁਹਾਨੂੰ ਜ਼ਿਆਦਾ ਦੱਸਣਗੇ ਇਸ ਬਾਰੇ। ਥੈਂਕ ਯੂ ਜੀ, ਪਹਿਲਾਂ ਤੁਹਾਡਾ ਬਹੁਤ ਧੰਨਵਾਦ, ਕਿਸਾਨੀ ਮੋਰਚੇ 'ਚ ਬਹੁਤ ਗੱਡਿਆ, ਉਹਦੇ ਲਈ ਅਸੀਂ ਔਲਵੇਜ਼ ਰਿਣੀ ਰਹਾਂਗੇ, ਬਾਹਰ ਰਹਿੰਦੇ ਸਾਰੇ ਸਿੱਖ ਪੰਜਾਬੀ। ਸੋ ਜਿੱਦਾਂ ਜਸਵੀਰ ਸਿੰਘ ਨੇ ਦੱਸਿਆ, ਟਰਬਨ ਫੋਰਸਿਸ ਇੱਕ ਲੋਕ ਭਲਾਈ ਸੰਸਥਾ ਜਿਹੜੀ ਆਸਟ੍ਰੇਲੀਆ ਵਿੱਚ ਸ਼ੁਰੂ ਕੀਤੀ ਗਈ ਸੀ 7 ਸਾਲ ਪਹਿਲਾਂ, ਅਤੇ ਅਸੀਂ ਗੁਰਸਾਹਿਬ ਦੀ ਕਿਰਪਾ ਨਾਲ ਅਸੀਂ ਪੰਜਾਬ ਤੋਂ ਬਾਅਦ ਪਹਿਲੀ ਚੈਰਿਟੀ ਹੈ ਜਿਹਨਾਂ ਨੇ ਕਾਰ ਸੇਵਾ ਦੇ ਟਰੱਕ ਪਾਏ ਨੇ, ਜਿੱਦਾਂ ਤੁਸੀਂ ਦੇਖ ਰਹੇ ਹੋ ਇੱਥੇ। ਸਾਡਾ ਜਿਹੜਾ ਕੰਮ ਹੈ ਉਹ ਪੈਲਟਾਂ ਦੇ ਹਿਸਾਬ ਨਾਲ, ਹੁਣ ਤੱਕ ਅਸੀਂ ਲਿਜ਼ਮੋਰ ਜਿਹੜਾ ਫਲੱਡ ਅਫੈਕਟਡ, ਜਿੱਥੇ 14 ਮੀਟਰ ਦਾ ਫਲੱਡ ਆਇਆ, ਉੱਥੇ ਤਕਰੀਬਨ 150 ਤੋਂ ਉੱਪਰ ਪੈਲਟ ਸਮਾਨ ਦਾ ਦਿਆਂਦਾ, ਲੱਖਾਂ ਡਾਲਰ ਦਾ ਸਮਾਨ। ਸੋ ਇਹ ਸਾਰੀ ਗੁਰੂ ਦੀ ਗੋਲਕ ਤੋਂ ਆਉਂਦਾ, ਗੁਰੂ ਦੀ ਸੰਗਤ ਤੋਂ ਆਉਂਦਾ, ਅਤੇ ਅਸੀਂ ਬਹੁਤ ਹੀ ਪ੍ਰਾਊਡ ਫੀਲ ਕਰਦੇ ਜੋ ਸਾਡੀ ਸਿੱਖ ਕਮਿਊਨਿਟੀ ਇੰਨੀ ਸਪੋਰਟ ਕਰਦੀ ਹੈ, ਅਤੇ ਜਦੋਂ ਅਸੀਂ ਗੋਰਾਂ ਜਾ ਕੇ ਸਮਾਨ ਵੰਡਦੇ ਹਾਂ, ਅਤੇ ਇਹ ਸਾਰੀ ਅਸੀਂ ਕਮਿਊਨਿਟੀ ਲਈ ਮਾਣ ਮੱਤੇ ਦੀ ਗੱਲ ਆ, ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ। ਥੈਂਕ ਯੂ ਜੀ, ਬਹੁਤ ਸ਼ੁਕਰੀਆ। ਇੱਧਰ ਤਹਿਣਾ ਸਾਹਿਬ, ਤੁਸੀਂ ਦੂਜੇ ਪਾਸੇ ਦੇਖ ਰਹੇ ਹੋ, ਇੱਥੇ ਰੰਗਾਰੰਗ ਪ੍ਰੋਗਰਾਮ ਵੀ ਚੱਲ ਪਿਆ। ਹਾਂ ਬਿਲਕੁਲ ਜੀ, ਇੱਧਰ ਅਸੀਂ ਇੱਕ ਸ਼ਾਰਟ ਤੁਹਾਨੂੰ ਦਿਖਾਉਂਦੇ ਹੁਣ। ਇੱਥੇ ਸੱਭਿਆਚਾਰਕ ਮੇਲਾ ਜਿਹੜਾ ਉਹ ਸ਼ੁਰੂ ਹੋ ਗਿਆ, ਪਰਲੇ ਪਾਸੇ ਖੇਡਾਂ ਦੀ ਸਮਾਪਤੀ, ਉਰਲੇ ਪਾਸੇ ਜਿਹੜੇ ਉਹ ਜਿਹੜੇ ਪੰਜਾਬ ਤੋਂ ਆਏ ਹੋਏ ਜਿਹੜੇ ਚੰਗੇ ਕਲਾਕਾਰ, ਚਲੋ ਸਾਰੇ ਚੰਗੇ ਹੁੰਦੇ ਆ, ਵਿਸ਼ੇ ਵੱਖੋ ਵੱਖਰੇ ਹੋ ਸਕਦੇ ਆ, ਕਿਸੇ ਦੇ ਨਾ ਪਸੰਦ ਵਾਲੇ, ਕਿਸੇ ਦੇ ਪਸੰਦ ਵਾਲੇ, ਪਰ ਹਾਂ ਕੁਝ ਕੁ ਇੱਥੋਂ ਦੇ ਲੋਕਲ ਜਿਹੜੇ ਇੱਥੋਂ ਦੇ ਵਸਨੀਕ ਆ, ਉਹ ਰਣਜੀਤ ਖੈੜਾ ਸਾਹਿਬ ਨੇ ਜਿਹੜੇ ਕਿ ਨਿੱਕਰ ਪਾ ਕੇ ਐਂਕਰਿੰਗ ਕਰ ਰਹੇ ਆ, ਉਹ ਵੀ ਸਾਡੇ ਭਰਾ ਨੇ, ਉਹ ਸਾਡੇ ਸਤਿਕਾਰਯੋਗ ਨੇ, ਸਿਡਨੀ ਤੋਂ ਨੇ, ਬਹੁਤ ਸੋਹਣਾ ਬੋਲਦੇ ਨੇ ਉਹ, ਅਤੇ ਚਰਨਾਮਤ ਸਿੰਘ ਬਹੁਤ ਮਹਾਨ ਹਸਤੀਆਂ ਇੱਥੋਂ ਦੀਆਂ, ਬੁਲਾਰੇ ਦੇ ਤੌਰ ਦੇ ਉੱਤੇ ਇਹਨਾਂ ਦਾ ਬਦਲ ਕੋਈ ਨਹੀਂ ਗਾ, ਇੱਥੇ ਕਲਾਕਾਰਾਂ ਨੂੰ ਦੇਖਣ ਦੇ ਲਈ ਪੰਜਾਬੀ ਹੁੰਮ ਹੁਮਾ ਕੇ ਪਹੁੰਚੇ ਹੋਏ ਆ। ਆਜੋ ਹੁਣ ਆਪਾਂ ਲੰਗਰ ਹਾਲ ਚੱਲਦੇ ਹਾਂ ਜੀ। ਜਦੋਂ ਪੁਰਾਣੀਆਂ ਖੇਡਾਂ ਦੇ ਵਿੱਚ ਬਹੁਤ ਸੋਰਸਿਸ ਘੱਟ ਸੀਗੇ ਕਿ ਬਾਹਰੋਂ ਐਂਕਰ ਬੁਲਾ ਲਈਏ ਜਾਂ ਬਾਹਰੋਂ ਪਲੇਅਰ ਬੁਲਾ ਲਈਏ, ਤਾਂ ਚਰਨਾਮਤ ਅੰਕਲ ਅਤੇ ਰਣਜੀਤ ਭਾਅ ਜੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਜਿੰਨਾ ਵੀ ਐਂਟਰਟੇਨਮੈਂਟ ਸਟੇਜ ਹੋਣੀ ਆ, ਕਬੱਡੀ ਦੀ ਸਟੇਜ ਹੋਣੀ, ਉਹ ਉਹਨਾਂ ਨੇ ਪੂਰਾ ਸਹਿਯੋਗ
दे के पंजाबियों नूं किसी पास्यों भी रे वह नहीं छड्डिया कि भी उन्हां दा प्रोग्राम दा घाटा पवे या उन्हां नूं किसी पंजाब दी याद आवे। हर तरह के पंजाबी पुरानियां गल्लां बातां उहदे नाल चुटकलियां दे नाल जो सिठणियां दे नाल सारा पूरा प्रोग्राम उह वधिया। आओ आपां लंगर हॉल चलदे हां। की हाल है भाई जी? ठीक ठाक हो? बहुत वधिया लगा तुहानूं। बहुत धन्नवाद, शुक्रिया। तुहाडे कोल वीडियो भी नहीं छड्डी दा। बहुत मेहरबानी। थैंक यू, थैंक यू। ये जी लंगर हाल आ जिथे साडे गुरु का लंगर चल रहा है इत्थे। की हाल है भाई जी? ठीक ठाक हो? वधिया वधिया। चलो ये जी बड़े अनुशासन दे विच बड़े वधिया तरीके दे नाल भोजन जिहड़ा ओह छकिया जा रहा। इत्थे साडे पंजाबी भैणा वीर आ जिहड़े जिधर भी जिथों तक तुहाडी अख दी मार आ उत्थे पंजाबी वीर ही आ पंजाबी भैणा। ते आ देखो जी इत्थे लंगर कतारां दे विच जिहड़ी संगत आ ओह आ के छक रही है। मेलियां दे विच आ कुछ इहोजे दृश्य आ जिहड़े बड़े सभ्यक तरीके दे नाल, सब तो वधिया गल इह आ वी बड़े सभ्यक तरीके दे नाल इह जिहड़ा लंगर छकिया जा रिहा। बई जी मेरी जानकारी च वाधा करिओ, असीं ना इक दिन प्रशादा छकिया जी। ਇਹ ਜਿਹੜੀ ਰੋਟੀ ਇਹ ਰੋਟੀ ਅਸੀਂ ਖਾਧੀ ਇਹ ਬੜੀ ਪੋਲੀ ਜੀ ਸੀ, ਇਹ ਕੀ ਕਹਿੰਦੇ ਇਹਨੂੰ? ਇਹਨੂੰ ਵੈਸੇ ਅਸੀਂ ਕਹਿੰਦੇ ਲੈਬਨੀਜ਼ ਬ੍ਰੈਡ। ਲੈਬਨੀਜ਼ ਬ੍ਰੈਡ, ਸੋ ਇਹ ਰੋਟੀ ਦਾ ਇੱਕ ਸਬਸਟੀਟਿਊਟ ਕਹਿ ਲਈਏ ਕਿ ਜਦੋਂ ਸਾਡੇ ਕੋਲ ਥੋੜ੍ਹਾ ਜਿਹਾ ਕੁਆਂਟਿਟੀ ਵੱਧ ਹੋਵੇ ਅਤੇ ਸੇਵਾਦਾਰ ਉਸ ਹਿਸਾਬ ਨਾਲ ਫਿਰ ਇਹ ਬ੍ਰੈਡ ਰੋਟੀ ਵਾਂਗੂ ਯੂਜ਼ ਕੀਤੀ ਜਾਂਦੀ। ਤੁਹਾਨੂੰ ਕਿਚਨ ਦਿਖਾਉਂਦੇ ਹਾਂ ਨਾਲ, ਕਿਉਂਕਿ ਪਾਇਲਟਾਂ ਦੇ ਹਿਸਾਬ ਨਾਲ ਸੇਵਾ ਚੱਲ ਰਹੀ ਹੈ। ਇੱਧਰ ਤੁਸੀਂ ਦੇਖ ਸਕਦੇ ਹੋ ਪਿੱਛੇ ਅਜੇ ਵੀ ਪਕੌੜਿਆਂ ਦਾ ਲੰਗਰ ਹਾਲੇ ਚੱਲ ਰਿਹਾ। ਆਹ ਦੇਖੋ ਜੀ ਕਿੰਨੀ ਖੂਬਸੂਰਤ ਗੱਲ ਹੈ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਆ ਜੀ ਲੰਗਰ ਤਿਆਰ ਹੋ ਰਿਹਾ ਇੱਥੇ। ਇੱਧਰਲੇ ਪਾਸੇ ਦੇਖੋ ਬ੍ਰੈਡ ਦੀਆਂ ਧਾਂਕਾਂ ਲੱਗੀਆਂ ਹੋਈਆਂ, ਬ੍ਰੈਡਾਂ ਦੀਆਂ, ਬ੍ਰੈਡ ਪਕੌੜੇ ਦੀਆਂ। ਬਾਪੂ ਜੀ ਪੈਰੀ ਪੈਣਾ ਠੀਕ ਠਾਕ ਹੋ? ਸਵੇਰੇ ਤੋਂ ਬ੍ਰੈਡ ਪਕੌੜੇ ਅਤੇ ਚਾਹ ਦਾ ਲੰਗਰ ਸ਼ੁਰੂ ਹੋ ਗਿਆ ਸੀਗਾ, ਉਸ ਤੋਂ ਬਾਅਦ ਫਿਰ ਦੁਪਹਿਰੇ ਜਦੋਂ ਪ੍ਰਸ਼ਾਦਾ ਪਾਣੀ। ਅਤੇ ਤੁਸੀਂ ਦੇਖ ਸਕਦੇ ਹੋ ਅਜੇ ਕਿੰਨਾ ਆਹ ਬ੍ਰੈਡਾਂ ਦੀਆਂ ਧਾਂਕਾਂ ਲੱਗੀਆਂ ਹੋਈਆਂ ਜੀ। ਆਹ ਦੇਖੋ ਬ੍ਰੈਡ, ਆਹ ਜੀ ਚਾਹ ਬਣ ਰਹੀ ਆ, ਇਹ ਚਾਹ ਬਣ ਰਹੀ ਇੱਥੇ। ਅਤੇ ਆਹ ਦੁੱਧ ਦੀਆਂ ਕੈਨੀਆਂ, ਤਿੰਨ ਤਿੰਨ ਲੀਟਰ ਦੀਆਂ ਕੈਨੀਆਂ ਹੈ ਨਾ। ਇੱਥੇ ਵੀ ਬਾਈ ਜੀ ਫੈਟ ਦੇ ਹਿਸਾਬ 'ਤੇ ਹੁੰਦਾ ਵੀ? ਬਿਲਕੁਲ, ਇਹ ਫੁੱਲ ਕਰੀਮ ਹੈ ਜੀ, ਇੱਕ ਲਾਈਟ ਹੁੰਦਾ ਮਿਲਕ ਅਤੇ ਆਹ ਫੁੱਲ ਕਰੀਮ ਮਿਲਕ ਹੈਗਾ, 3 ਲੀਟਰ ਦੀ ਕੈਨੀ ਹੈ। ਅਤੇ ਕਿੰਨੇ ਦੀ ਹੋਊ ਇਹ? ਇਹ ਤਕਰੀਬਨ 4-4.5 ਡਾਲਰ ਦੀ। ਮੈਂ 4.5 ਨੂੰ 56 ਦਾ ਗੁਣਾ ਕਰਾਂ ਕਿ 60 ਨਾਲ? ਤੁਸੀਂ 56 ਨਾਲ ਹੀ ਕਰੋ ਹਾਂ ਫਿਲਹਾਲ। ਅਤੇ ਇਹ ਤੁਸੀਂ ਦੇਖ ਸਕਦੇ ਹੋ ਬ੍ਰੈਡਾਂ ਦੇ ਵੀ ਅਜੇ ਕਿੰਨੇ ਸਾਰੇ ਪਾਇਲਟ ਅਤੇ ਨਾਲ ਸ਼ੂਗਰ ਦੇ, ਚੀਨੀ ਪੂਰੀ, ਸਾਰਾ ਸੰਬੰਧ ਸਮਾਨ ਪੂਰਾ ਐਕਸਟਰਾ ਰੱਖਿਆ ਹੋਇਆ ਨਾਲ ਇਹ ਸੌਸ ਦੀਆਂ ਅਤੇ ਇਹ ਦਾਲ ਅਤੇ ਇਹ ਦਾਲ ਆ ਜੀ। ਆਹ ਦੇਖੋ ਦਾਲ, ਇਹਦਾ ਦ੍ਰਿਸ਼ ਦਿਖਾਇਓ ਜੀ। ਆਹ ਦਾਲ ਕਿੰਨੀ ਵੱਡੀ ਮਾਤਰਾ ਦੇ ਵਿੱਚ ਇਹ ਰਾਜਮਾਂਹ ਤਿਆਰ ਕਰਕੇ ਰੱਖੇ ਹੋਏ ਆ। ਸੋ ਇਹ ਆ ਪੰਜਾਬੀ ਜਿੱਥੇ ਜਾਂਦੇ ਆ ਉਹ ਇੱਕ ਨਵਾਂ ਪੰਜਾਬ ਵਸਾਉਂਦੇ ਆ, ਖੇਡਾਂ ਦੇ ਰਾਹੀਂ, ਸੱਭਿਆਚਾਰਕ ਮੇਲਿਆਂ ਦੇ ਰਾਹੀਂ, ਲੰਗਰ ਦੇ ਰਾਹੀਂ ਉਹ ਆਪਣੀ ਇੱਕ ਵੱਖਰੀ ਛਾਪ ਛੱਡਦੇ, ਜੋ ਸਾਨੂੰ ਗੁਰੂ ਸਾਹਿਬਾਨ ਨੇ ਦੱਸਿਆ ਵੀ ਭਾਈ ਭੁੱਖਿਆਂ ਨੂੰ ਲੰਗਰ ਛਕਾਉਣਾ, ਇਹ ਲੰਗਰ ਛਕਾਇਆ ਜਾ ਰਿਹਾ ਇੱਥੇ। ਸੋ ਇੱਧਰ ਲੱਡੂਆਂ ਦਾ ਤੁਸੀਂ ਦੇਖੋਗੇ ਦ੍ਰਿਸ਼ ਬਿਲਕੁਲ ਪੰਜਾਬ, ਉਧਰ ਲੱਡੂ ਵੀ ਹੈ ਜੀ। ਵਾਹ ਵਾਹ, ਬਲਗੂਲਗੇ ਦੀ ਸੰਗਤ ਨੇ ਪੂਰਾ, ਮੈਨੂੰ ਪਤਾ ਲੱਗਾ ਬਲਗੂਲਗੇ ਦੇ ਵਿੱਚ ਇਹ ਸਭ ਤੋਂ ਮਸ਼ਹੂਰ ਲੱਡੂ ਹੈ ਜੀ ਇਹ ਜੀ। ਸੋ ਤੁਸੀਂ ਦੇਖ ਸਕਦੇ ਹੋ ਪੰਜਾਬ ਦੀ ਪੂਰੀ ਯਾਦ ਤਾਜ਼ਾ ਕੀਤੀ ਹੋਈ ਹੈ ਅਤੇ ਇਹ ਪੂਰਾ ਸੰਗਤ ਨੇ ਆਪਣੇ ਜਲੇਬੀਆਂ ਫਿਲਹਾਲ ਇਹ ਸਲੂਣੀਆਂ ਬਣਾਈਆਂ ਤੇ ਨਾਲ ਛੋਟੀਆਂ ਮੱਠੀਆਂ। ਸੋ ਜਦੋਂ ਸਵੇਰੇ ਬ੍ਰੇਕਫਾਸਟ ਦਾ ਟਾਈਮ ਸੀਗਾ ਮੱਠੀ ਤੇ ਨਾਲ ਲੱਡੂ ਤੇ ਬ੍ਰੈਡ ਪਕੌੜੇ ਤੇ ਚਾਹ। ਸੋ ਚਾਹ ਹਾਲੇ ਵੀ ਚੱਲ ਰਹੀ ਹੈ, ਬਾਹਰ ਚੱਲਦੇ ਆ ਆਪਾਂ ਹੁਣ ਇਹ ਪ੍ਰੋਗਰਾਮ ਦੀ ਇੱਥੇ ਸਮਾਪਤੀ ਕਰਾਂਗੇ, ਉਸ ਤੋਂ ਬਾਅਦ ਅਸੀਂ ਪ੍ਰਸ਼ਾਦਾ ਛਕਾਂਗੇ ਜੀ। ਤੇ ਹੁਣ ਮੇਰੇ ਖਿਆਲ ਸਮਾਪਤੀ ਵਾਲਾ ਸਮਾਂ ਵੀ ਹੋ ਗਿਆ ਹੈ ਨਾ ਜੀ। ਕੁਛ ਹੋਰ ਕੋਈ ਸਾਨੂੰ ਜਾਣਕਾਰੀ, ਜਿਹੜੀ ਸਾਨੂੰ ਇੱਥੇ ਜਾਣਕਾਰੀ ਦੀ ਘਾਟ ਹੋਵੇ ਤੁਸੀਂ ਦੱਸਣਾ ਹੋਵੇ? ਦੂਜੀ ਇਹ ਜਾਣਕਾਰੀ ਹੈ ਜੀ, ਅਗਲੇ ਸਾਲ ਬ੍ਰਿਸਬੇਨ ਦੇ ਵਿੱਚ ਇਹ ਸੇਮ ਖੇਡਾਂ ਹੋਣ ਜਾ ਰਹੀਆਂ। ਇਹ ਜਿਹੜੀਆਂ ਸਿੱਖ ਖੇਡਾਂ 35ਵੀਆਂ ਉਹ ਅਗਲੇ ਸਾਲ ਬ੍ਰਿਸਬੇਨ ਦੇ ਵਿੱਚ ਹੋਣੀਆਂ। ਬ੍ਰਿਸਬੇਨ ਇੱਥੋਂ ਕਿੰਨੇ ਕਿਲੋਮੀਟਰ ਹੈ ਜੀ? ਇੱਥੋਂ ਤਕਰੀਬਨ 800-700 ਕਿਲੋਮੀਟਰ ਹੈ ਜੀ। ਸੋ ਇਹ ਤੁਸੀਂ ਦੇਖ ਸਕਦੇ ਹੋ ਜੀ, ਨੌਨ ਪੰਜਾਬੀ ਨੌਨ ਇੰਡੀਅਨ ਨੇ, ਬਟ ਸਵੇਰ ਦੀ ਇਹ ਪੂਰੀ ਆਪਣੀ ਸੇਵਾਵਾਂ ਨਿਭਾ ਰਹੇ ਹਾਂ। ਸਾਰਿਆਂ ਨੂੰ ਪੂਰੇ ਡਿਸਿਪਲਿਨ ਦੇ ਨਾਲ ਫੂਡ ਵਰਤਾਇਆ ਜਾ ਰਿਹਾ। ਅਤੇ ਅਗਲੀਆਂ ਖੇਡਾਂ ਦਾ ਜਿੱਦਾਂ ਤੁਸੀਂ ਕਿਹਾ ਕਿ ਬ੍ਰਿਸਬੇਨ ਦੇ ਵਿੱਚ, ਸੋ ਬ੍ਰਿਸਬੇਨ ਦੇ ਵਿੱਚ ਉੱਥੇ ਵੀ ਸਾਰਿਆਂ ਨੂੰ ਬੇਨਤੀ ਹੈ ਜੋ ਵੀ ਇਹ ਵੀਡੀਓ ਨੂੰ ਹੁਣ ਦੇਖਣਗੇ, ਐਪੀਸੋਡ ਨੂੰ ਦੇਖਣਗੇ, ਪਲੀਜ਼ ਹੋਮ ਹੋਮ ਆ ਕੇ ਪਹੁੰਚੀਏ ਈਸਟਰ ਹੋਲੀਡੇ ਦੇ ਵਿੱਚ। ਇਹ ਸਾਡੇ ਗੁਆਂਢੀ ਨੇ ਜੀ, ਇਹ ਸਾਡੇ ਗੁਆਂਢੀ ਨੇ, ਇਕੱਲੇ ਇਕੱਲੇ ਪਕੌੜੀਆਂ ਖਾ ਰਹੇ ਨੇ ਜਿੱਥੇ ਅਸੀਂ ਰੁਕੇ ਹੋਏ ਸੀਗੇ ਅਤੇ ਨਾਲ ਦੇ ਕਮਰਿਆਂ ਦੇ ਵਿੱਚ ਇਹ ਪਰਿਵਾਰਾਂ ਸਮੇਤ ਰੁਕੇ ਹੋਏ ਆ। ਹੋਰ ਠੀਕ ਠਾਕ ਹੋ ਜੀ? ਹਾਂਜੀ ਵਧੀਆ ਜੀ, ਵਧੀਆ। ਚਲੋ, ਤੁਸੀਂ ਸਿਡਨੀ ਤੋਂ ਆਏ ਹੋ ਸਾਰੇ? ਹਾਂਜੀ। ਅੱਜ ਦਾ ਵਿਚਾਰ ਕਿੰਨਾ ਕੁ ਦੇਖਦੇ ਹੋ ਜਾਂ ਕੌਣ ਦੇਖਦਾ ਸਭ ਤੋਂ ਵੱਧ? ਅਸੀਂ
ਅਸੀਂ ਸਾਰੇ ਦੇਖਦੇ ਹਾਂ ਵੈਸੇ, ਬਟ ਸਾਡੀ ਮੋਸਟ ਆਫ ਜਿੱਦਾਂ ਬਹੁਤ ਟਾਈਮ ਜਿੱਦਾਂ ਘੱਟ ਹੁੰਦਾ, ਬਟ ਜਦੋਂ ਵੀ ਟਾਈਮ ਮਿਲਦਾ ਵਾ ਅਸੀਂ ਜ਼ਰੂਰ ਦੇਖਦੇ ਹਾਂ। ਮਾਤਾ ਜੀ ਸਤਿ ਸ਼੍ਰੀ ਅਕਾਲ, ਬਹੁਤ ਮਿਹਰਬਾਨੀ, ਥੈਂਕ ਯੂ ਮਾਤਾ ਜੀ, ਬਹੁਤ ਮਿਹਰਬਾਨੀ। ਰਾਣਾ ਸਾਹਿਬ ਤੁਸੀਂ ਦੇਖ ਸਕਦੇ ਹੋ ਕਿ ਤਕਰੀਬਨ 500 ਦੇ ਨੇੜੇ ਤੇੜੇ ਕੁਰਸੀ ਲੱਗੀ ਹੋਈ ਹੈ ਇੱਥੇ, ਥੈਂਕ ਯੂ। 500 ਲੋਕਾਂ ਦਾ ਬਹਿਣ ਦਾ ਪ੍ਰਬੰਧ ਹੈ ਜੀ। ਬਾਕੀ ਆਪਾਂ ਉੱਧਰਲੇ ਪਾਸੇ ਦੇਖਦੇ ਹਾਂ, ਉੱਥੇ ਫਰੂਟ ਦਾ ਪ੍ਰਬੰਧ ਤੁਸੀਂ ਦੇਖੋਗੇ, ਕੇਲੇ, ਸੇਬ, ਅਗਰ ਕੋਈ ਰੋਟੀ ਨਹੀਂ ਖਾਣਾ ਚਾਹੁੰਦਾ, ਕੋਈ ਡਾਈਟਿੰਗ 'ਤੇ ਹੈ ਜਾਂ ਜਿੰਨੇ ਵੀ ਪਲੇਅਰ ਨੇ ਉਹਨਾਂ ਵਾਸਤੇ ਫਰੂਟ ਦਾ ਵੀ ਪ੍ਰਬੰਧ ਪੂਰਾ ਕੀਤਾ ਗਿਆ। ਦੂਜੀ ਵਧੀਆ ਜਾਣਕਾਰੀ ਇਹ, ਜਿਹੜਾ ਤੁਸੀਂ ਟੈਂਟ ਦੇਖ ਰਹੇ ਹੋ ਇਹ ਸਾਰਾ ਟੈਂਪਰੇਰੀ ਲਾਇਆ ਗਿਆ, ਬਿਲਕੁਲ ਇਹ ਕਾਰ ਪਾਰਕ ਹੈ। ਹਾਂਜੀ, ਸੋ ਜਾਂਦੇ ਜਾਂਦੇ ਟਾਣਾ ਸਾਹਿਬ ਫਿਰ ਦੁਬਾਰਾ ਦੱਸ ਦਿੰਦੇ ਕਿ ਜਿਹੜੀ ਇਹ ਪਾਰਕਿੰਗ ਸੀਗੀ ਉਹਨੂੰ ਕਿਚਨ ਦੇ ਵਿੱਚ ਕਨਵਰਟ ਕੀਤਾ, ਇਹ ਸਾਰਾ ਟੈਂਪਰੇਰੀ ਸ਼ੈਡ ਹੈ, ਕਾਰ ਪਾਰਕਿੰਗ ਹੈ ਨਾ, ਇਹ ਵੈਸੇ ਕਾਰ ਪਾਰਕਿੰਗ ਹੈ ਜਿੱਥੇ ਕੰਪਲੈਕਸ ਜਿਹਦੇ ਵਿੱਚ ਆਪਾਂ ਖੇਡਾਂ ਦੇਖ ਰਹੇ ਹਾਂ ਉਹਦੀ ਕਾਰ ਪਾਰਕ ਹੈ, ਲੇਕਿਨ ਇਹਨੂੰ ਟੈਂਪਰੇਰੀ ਬਣਾ ਕੇ ਸਾਰੀ ਸੰਗਤ ਨੇ ਪ੍ਰੋਫੈਸ਼ਨਲਸ ਬੁਲਾ ਕੇ ਇਹਨੂੰ ਬਾਰਿਸ਼ ਮੁਕਤ ਕੀਤਾ ਕਿ ਅਗਰ ਕੋਈ ਵੀ ਬਾਰਿਸ਼ ਕਣੀ ਆ ਜਾਵੇ, ਕੁਛ ਆ ਜਾਵੇ, ਉਹਨਾਂ ਦਾ ਖਾਣ ਪੀਣ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ। ਸੋ ਤੁਸੀਂ ਦੇਖ ਸਕਦੇ ਹੋ ਕਿੱਡਾ ਵਿਸ਼ਾਲ ਇਹ ਪੂਰਾ ਅਰੇਂਜਮੈਂਟ ਹੈਗਾ, ਬਹੁਤ ਸੋਹਣਾ ਪ੍ਰਬੰਧ ਕੀਤਾ। ਆਮ ਤੌਰ ਦੇ ਉੱਤੇ ਅਸੀਂ ਵੱਡੇ ਵੱਡੇ ਜਿਹੜੇ ਸ਼ੋਪਿੰਗ ਮਾਲ ਆ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਬਹੁਤ ਵਧੀਆ, ਬਹੁਤ ਮਿਹਰਬਾਨੀ, ਥੋੜੇ ਜਿਹੇ ਪਰਿਵਾਰਕ ਕੰਮ ਸੀ, ਆ ਨਹੀਂ ਸਕਦੇ, ਠੀਕ ਹੈ ਠੀਕ ਹੈ। ਅੱਗੇ ਸ਼ੋਪਿੰਗ ਸੈਂਟਰ ਦੀ ਗੱਲ ਕਰ ਰਹੇ ਹਾਂ, ਮੈਂ ਗੱਲ ਕਰ ਰਿਹਾ ਸੀਗਾ ਵੀ ਵੱਡੇ ਵੱਡੇ ਜਲੰਧਰ ਦੇ ਜਿਹੜੇ ਮਾਲ ਆ ਨਾ, ਸ਼ੋਪਿੰਗ ਮਾਲ, ਉਹ ਵੀ ਇੰਨੇ ਵਧੀਆ ਪ੍ਰਬੰਧ ਨਹੀਂ ਹੈਗੇ, ਔਰਗੇਨਾਈਜ਼ ਇੰਨੇ ਵਧੀਆ ਨਹੀਂ ਹੈਗੇ, ਉੱਥੇ ਵੀ ਕਿਤੇ ਕੋਈ ਮੀਂਹ ਦੀ ਧਿੱਪ ਜੀ ਡਿੱਗੀ ਜਾਂਦੀ ਹੁੰਦੀ ਆ, ਬਿਲਕੁਲ ਇੱਥੇ ਦੇਖੋ ਲੱਗੀਆਂ, ਕਮਾਲ ਹੋਈ ਪਈ ਆ, ਅਤੇ ਆਹ ਦੇਖੋ ਜੀ ਫਲ ਭੰਡਾਰ ਕਿੰਨਾ ਵਧੀਆ, ਮਿਹਰਬਾਨੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਇਹ ਆੜੂ ਆ ਜੀ, ਆੜੂ ਸਾਡਾ ਤਾਂ ਆੜੂ ਹੀ ਆ ਭਾਈ, ਇੱਧਰ ਦੇਖੋ ਜੀ, ਉੱਧਰ ਸੇਬ ਆ, ਇੱਧਰ ਇਹ ਸਾਡੇ ਤਾਂ ਆੜੂ ਹੀ ਆ, ਇਹਨਾਂ ਇਹ ਪਲੰਮ ਕਹਿੰਦੇ ਆ, ਇਹ ਲੋਕਲ ਬਨਾਨਾ ਜੀ, ਵਾਹ ਵਾਹ, ਜਿਸ ਕਰਕੇ ਸ਼ਹਿਰ ਮਸ਼ਹੂਰ ਹੈ, ਜੇ ਮੈਨੂੰ ਨਾ ਦਿੱਤਾ ਫਿਰ ਤਾਂ ਬਗਾਨਾ ਹੀ ਹੈ, ਤੁਸੀਂ ਪੂਰੀ ਪੇਟੀ ਲੈ ਕੇ ਜਾ ਸਕਦੇ ਹੋ ਜੀ। ਸੋ ਤੁਸੀਂ ਹੁਣ ਮੌਸਮ ਦੇਖ ਸਕਦੇ ਹੋ ਕਿੰਨਾ ਵਧੀਆ ਮੌਸਮ ਹੋ ਗਿਆ, ਅਤੇ ਬਿਲਕੁਲ ਸੰਗਤ ਹੁਣ ਤਿਆਰ ਪਰ ਤਿਆਰ ਹੈ ਵਾਪਸ ਆਪਣੇ ਆਪਣੇ ਘਰਾਂ ਨੂੰ ਜਾਣ ਨੂੰ। ਬ੍ਰਿਸਬਨ 300 ਕਿਲੋਮੀਟਰ, ਸਿਡਨੀ 700 ਕਿਲੋਮੀਟਰ, ਅਤੇ ਕਿਸੇ ਨੇ ਲੰਬਾ ਸਫ਼ਰ ਸਾਡੇ 17 ਕਿਲੋਮੀਟਰ ਦਾ ਮੈਲਬਨ ਦਾ, ਸੋ 17 ਘੰਟੇ ਲੱਗਣਗੇ, ਅਤੇ ਇੱਦਾਂ ਹੀ ਰੌਣਕਾਂ ਲੱਗਦੀਆਂ ਰਹਿਣ, ਭਾਈਚਾਰਾ ਇੱਦਾਂ ਹੀ ਜੁੜ ਕੇ ਰਹੇ ਜੀ। ਬਾਕੀ ਇਕੱਲੀਆਂ ਗੱਡੀਆਂ ਦੀਆਂ ਜਾਂ ਫਿਰ ਵੈਨਾਂ ਦੀਆਂ ਜਾਂ ਯੂਟਾਂ ਦੀ ਗੱਲ ਨਹੀਂ ਹੈਗੀ, ਇੱਥੇ ਟਰੱਕ ਭਰ ਭਰ ਕੇ ਸਮਾਨ ਦਾ ਆ, ਸੋ ਸੰਗਤ ਨੇ ਇੰਨਾ ਸਹਿਯੋਗ ਦਿੱਤਾ। ਹਾਲੇ ਵੀ ਤੁਸੀਂ ਫਰੂਟ ਦੇਖ ਸਕਦੇ ਹੋ, ਹਰ ਪ੍ਰਕਾਰ ਦਾ ਫਰੂਟ ਇੱਥੇ ਪੂਰਾ ਪ੍ਰਬੰਧ ਕੀਤਾ ਹੋਇਆ, ਪਾਣੀ ਤੋਂ ਲੈ ਕੇ ਪਾਇਲਟ ਦੇ ਪਾਇਲਟ ਪੂਰੇ ਕੱਢੇ ਹੋਏ ਆ, ਕਿ ਵੀ ਇਕੱਲਾ 1-2 ਕਿਲੋ ਦੀ ਨਹੀਂ, ਇੱਥੇ ਟਨਾਂ ਦੀ ਗੱਲ ਕੀਤੀ ਹੋਈ ਹੈ। ਸੋ ਤੁਸੀਂ ਦੇਖ ਸਕਦੇ ਹੋ ਹੁਣ ਦੁਬਾਰਾ ਫਿਰ ਤੋਂ ਲੰਗਰ ਦੀ ਲਾਈਨ ਲੱਗ ਗਈ ਹੈ। ਇਹ ਹਰਾ ਸੇਬ ਵੱਖਰੀ ਕਿਸਮ ਦਾ, ਇਹ ਥੋੜ੍ਹਾ ਜਿਹਾ ਡਿਫਰੈਂਟ ਹੋਣਾ, ਇਹ ਜੂਸ ਵਾਲਾ ਵੀ, ਅਤੇ ਵੈਸੇ ਖਾਣ 'ਚ ਵੀ ਤਾਂ ਟੇਸਟ ਥੋੜ੍ਹਾ ਜਿਹਾ ਖਟਾਸ 'ਚ ਹੈ, ਜਿਹੜੇ ਬੰਦੇ ਨੇ ਕਹਿੰਦੇ ਵੀ ਫੈਟ ਘਟਾਉਣੀ ਹੋਵੇ, ਅਤੇ ਉਹਦੇ ਵਾਸਤੇ ਬਹੁਤ ਵਧੀਆ, ਅਤੇ ਤੁਸੀਂ ਸਾਈਜ਼ ਦੇ ਸਕਦੇ ਹੋ ਕਿੰਨਾ ਔਰਗੈਨਿਕ ਅਤੇ ਕਿੰਨਾ ਵਧੀਆ, ਇਹਦੇ ਤਾਂ ਕੋਈ ਦਾਗ ਨਹੀਂ ਗਾ, ਕੋਈ ਬਿੰਦੂ ਨਹੀਂ ਗਾ ਇਹਦੇ ਉੱਤੇ, ਜੇ ਹਰਾ ਤਾਂ ਹਰਾ ਹੀ ਆ, ਬਿਲਕੁਲ। ਕੇਲੇ ਵੀ ਕਮਾਲ ਆ, ਕੇਲੇ ਵੀ ਕਮਾਲ, ਜਿਵੇਂ ਡਰੈਂਕ ਕੀਤੇ ਹੁੰਦੇ, ਜਿਵੇਂ ਡਰੈਂਕ ਕੀਤੇ ਹੁੰਦੇ ਆ। ਸੋ ਬਲਗੁਲਗਾ ਕੌਪ ਸਾਵਰ, ਇਹ ਸਾਰਾ ਏਰੀਆ ਕੇਲਿਆਂ ਦੇ ਲਈ ਬਹੁਤ ਜ਼ਿਆਦਾ ਮਸ਼ਹੂਰ ਹੈ, ਬੈਰੀਆਂ ਦੇ ਲਈ ਬਹੁਤ ਮਸ਼ਹੂਰ ਹੈ, ਬਲੂ ਬੈਰੀ ਹੋ ਗਈ ਜਾਂ ਫਿਰ ਰੈੱਡ ਬੈਰੀ ਹੋ ਗਈ, ਇਹ ਸਾਰੀਆਂ ਬੈਰੀਆਂ ਦਾ ਇਹ ਪੂਰਾ ਗੜ ਮੰਨਿਆ ਜਾਂਦਾ। ਇੱਥੇ ਆਪਣੇ ਪੰਜਾਬੀਆਂ ਨੇ ਇਸ ਮਿੱਟੀ ਨੂੰ ਇੰਨਾ ਕੁ ਜ਼ਿਆਦਾ ਸੋਨਾ ਬਣਾ ਤਾ ਕਿ ਉੱਥੇ ਖੇਤੀ ਕਰ ਕਰਕੇ, ਪੰਜਾਬ ਤਾਂ ਕੀਤੀ ਸੀਗੀ ਬਟ ਇੱਥੇ ਕੌਪ ਸਾਵਰ ਦੇ ਵਿੱਚ ਵੀ ਸੋਨਾ ਕੱਢਿਆ ਮਿੱਟੀ 'ਚ। ਮੇਰੀ ਬੇਨਤੀ ਹੈ ਵੀ ਇੱਕ ਵਾਰੀ ਦ੍ਰਿਸ਼ ਦਿਖਾ ਦਈਏ ਵੀ ਪੰਜਾਬੀ ਹੁਣ ਆਪੋ ਆਪਣੇ ਘਰਾਂ ਨੂੰ ਮੁੜ ਰਹੇ ਆ, 3 ਦਿਨ ਦੀਆਂ ਖੇਡਾਂ ਜਿਹੜੀਆਂ ਸਿੱਖ ਖੇਡਾਂ 34ਵੀਆਂ ਬਲਗੂਲਗਾ ਦੇ ਵਿੱਚ, ਸਿਡਨੀ ਤੋਂ ਲਗਭਗ 650-700 ਕਿਲੋਮੀਟਰ ਦੀ ਦੂਰੀ 'ਤੇ ਆ, ਅਤੇ ਦੂਜਾ ਇੱਥੇ ਬਿਗ ਬਨਾਨਾ ਕਰਕੇ ਇੱਕ ਜਗ੍ਹਾ ਵੀ ਹੈਗੀ ਹੈ ਜਿੱਥੇ ਉਹਨਾਂ ਨੇ ਬਹੁਤ ਵੱਡਾ ਇੱਕ ਬਨਾਨਾ ਬਣਾਇਆ ਹੋਇਆ, ਉਹ ਦਿਖਾਉਣ ਵਾਸਤੇ ਹੈ, ਬਹੁਤ ਵੱਡਾ ਸਾਰਾ ਕਮਰੇ, ਬਹੁਤ ਵੱਡਾ, ਮੈਂ ਕਹਿੰਦਾ ਕਮਰੇ ਤੋਂ ਵੀ ਵੱਡਾ, ਉਹ ਦਿਖਾਉਣ ਵਾਸਤੇ ਕਿ ਸਾਡਾ ਜਿਹੜਾ ਟਾਊਨ ਹੈ, ਸਾਡਾ ਜਿਹੜਾ ਪਿੰਡ ਹੈ ਉਹ ਕੇਲੇ ਕਰਕੇ ਮਸ਼ਹੂਰ ਹੈ। ਸੋ ਉਹ ਵੀ ਇੱਕ ਬਹੁਤ ਵੱਡੀ ਕਹਿੰਦੇ ਪ੍ਰਾਪਤੀ ਹੈ ਪੰਜਾਬੀਆਂ ਦੀ ਕਿ ਉਹਨਾਂ ਨੇ ਕੇਲੇ ਦੇ ਵਿੱਚ ਵੀ ਆਪਣੇ ਫਰੂਟ ਦੇ ਵਿੱਚ ਵੀ ਨਾਮ ਖੱਟਿਆ। ਬਹੁਤ ਖੂਬ, ਬਹੁਤ ਚੰਗਾ ਲੱਗਾ ਜੀ, ਇਹ ਇੱਥੋਂ ਦੇ ਪੰਜਾਬੀਆਂ ਦਾ ਰੌਣਕ ਮੇਲਾ, ਇੱਥੋਂ ਦੇ ਪੰਜਾਬੀਆਂ ਦੀ ਖੇਡਾਂ ਦੇ ਪ੍ਰਤੀ, ਸੱਭਿਆਚਾਰ ਦੇ ਪ੍ਰਤੀ, ਸਿੱਖ ਇਤਿਹਾਸ ਦੇ ਪ੍ਰਤੀ, ਦੂਜਿਆਂ ਦੀ ਮਦਦ ਕਰਨ ਦੇ ਪ੍ਰਤੀ ਖਿੱਚ ਦੀ ਭਾਵਨਾ, ਇੰਨੀ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਪਿਆਰੇ ਇੱਥੇ ਦੇਖੇ ਆ, ਹਜ਼ਾਰਾਂ ਤੋਂ ਉੱਤੇ ਆ, ਲੱਖ ਪੰਜਾਬੀ ਤਾਂ ਹੋ, ਤਕਰੀਬਨ ਲੱਖ ਪੰਜਾਬੀ, ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬੀ ਇੱਥੇ ਪਹੁੰਚੇ ਆਪਾਂ ਕਹਿ ਸਕਦੇ ਹਾਂ। ਹਰ ਸਾਲ ਇਹ ਮੇਲਾ, ਖੇਡ ਮੇਲਾ ਲੱਗਦਾ ਹੈਗਾ, ਅਗਲੀ ਵਾਰ ਆ ਜਿਹੜਾ ਉਹ 35ਵਾਂ, ਐਤਕੀ 34ਵਾਂ ਸੀ, ਅਗਲੀ ਵਾਰ 35ਵਾਂ ਬ੍ਰਿਸਬੇਨ ਦੇ ਵਿੱਚ ਹੋਊਗਾ, ਜੇਕਰ ਸਾਨੂੰ ਮੌਕਾ ਮਿਲਿਆ ਅਸੀਂ ਉੱਥੇ ਵੀ ਆਵਾਂਗੇ।
इन्ना प्यार मिलिया, इन्ना प्यार मिलिया प्राइम एशिया टीवी नू, चज दा विचार नू, बाकी सारे प्रोग्रामा नू, साड़ी समुची टीम नू, असी निशब्द आ। तुहाडा दिली तौर ते शुक्रिया, बहुत बहुत धन्यवाद। बाकी जांदे जांदे सारी आस्ट्रेलिया दी सिख संगत वालों जिन्ने भी लोग इत्थे आए ने, थोड़ा प्राइम एशिया का भी बहुत बहुत धन्यवाद है कि तुसी तीन दिन की पूरी सेवा की है, अपने चैनल तो लाइव दिखाया, हर चीज़ नू कवर किया। टैणा साहब थोड़ा, अमन भाई का, सारी टीम का, सारे टेक्नीशियंस का बहुत बहुत धन्यवाद। ज्यौंदे वसदे रहो, इदां ही पंजाबी दी सेवा करदे रहो। अगली वारी असी हरमन सिंह जी दे नाल आवांगे, असी सारे इकट्ठे तौर दे उत्ते प्रोग्रामां दी सांझ पावांगे। सो बहुत बहुत धन्यवाद, लगातार जुड़े रहो प्राइम एशिया टीवी दे नाल, अपनी प्रतिक्रिया जरूर भेजो। शुक्रिया। हाजिर है जज दा विचार।